अंतरयामी एक को आत्म निराकार जो
कबीर साहिब जी कथा श्री सतगुरु पूरण
Yeah.
बोले सतगुरुदेव श्री बंदीशोर महाराज श्री काशी साहब ने तरा धाम श्री भगत साहब धाम श्री सुडानी साहब धाम श्री रामपुर साहब धाम श्री कैलपुर साहब धाम श्री जलूर साहब धाम श्री तलवंडी साहब धाम श्री रखवर साहब धाम सभी धाम बंदेश्वर संत कबीर साहेब जी महाराज साहेब बंदेश्वर देवदास जी महाराज श्री स्वामी जयराम जी महाराज श्री स्वामी गरुदास जी महाराज बंदेश्वर ब्रह्म सागर पूरी वाले महाराज श्री स्वामी संत राम जी महाराज श्री स्वामी लालदास जी महाराज श्री स्वामी जगदीशानंद जी महाराज श्री वरुण चरी महाराज श्री वर्तनामदूत जी महाराज गुरुदेव स्वामी चरणदास ब्रह्मचारी जी महाराज श्री स्वामी ब्रह्मानंद जी महाराज श्री स्वामी गंगानंद जी महाराज श्री संतामनाथ जी महाराज ब्रह्मलीन श्री स्वामी केवलदास जी महाराज गुरुदेव भगवान भगवान श्री स्वामी श्री श्री मंत दया सागर जी महाराज गुरुदेव भगवान राधा कृष्ण भगवान बोलो संतो सब साए सत साए सत साए ਈਸ਼ਵਰ ਮਹਾਰਾਜ ਅੱਜ ਮਿਲਣ ਵਧਾਈਆਂ ਜੀ ਸੰਗ ਤੇ ਭੋਗ ਗੁਰਾਂ ਨੂੰ ਲੱਗਿਆ ਅੱਜ ਮਿਲਣ ਵਧਾਈਆਂ ਜੀ ਸੰਗ ਤੇ ਭੋਗ ਗੁਰਾਂ ਨੂੰ ਲੱਗਿਆ ਸੁਖ ਦੇਣਾ ਦੁੱਖ ਮੇਟਣਾ ਸੁਖ ਦੇਣਾ ਦੁੱਖ ਮੇਟਣਾ ਦਾਦਾ ਰਾਖੇ ਤਨ ਸੰਗ ਮਿਲਣ ਪਤਾ
ਸਤਿਗੁਰਾਂ ਦੀ ਛਤਰ ਛਾਇਆ ਨਾਲ ਪਰਸੋਂ 10 ਵਜੇ ਤੋਂ ਪ੍ਰੋਗਰਾਮ ਬਾਣੀ ਦੇ ਖੰਡ ਪਾਠ ਆਰੰਭ ਹੋਏ ਸਨ। ਸੋ 48 ਘੰਟੇ ਦਾ ਸਮਾਗਮ ਬਹੁਤ ਹੀ ਧੂਮਧਾਮ ਨਾਲ ਸ਼ੋਭਾ ਯਾਤਰਾ ਦੇ ਰੂਪ ਵਿੱਚ ਔਰ ਸਤਸੰਗ ਬਾਣੀ ਦੇ ਜਾਪ ਅਖੰਡ ਭੰਡਾਰਾ ਮੈਡੀਕਲ ਕੈਂਪ ਇਹ ਸਾਰੇ ਪ੍ਰੋਗਰਾਮਾਂ ਦੇ ਨਾਲ ਸਮਾਗਮ ਸੰਪੂਰਨ ਹੋ ਰਿਹਾ ਹੈ। ਸਵੈ ਸਵੇਲੇ ਮੇਰੇ ਦਾਦਾ ਗੁਰੂ ਸਵਾਮੀ ਸੰਤ ਰਾਮ ਮਹਾਰਾਜ ਜੀ ਜੋ ਕਿ ਇੱਕ ਮਹਾਨ ਸਤਿਗੁਰੂ ਬ੍ਰਹਮ ਸਾਗਰ ਜੀ ਪੁਰੀ ਵਾਲੇ ਮਹਾਰਾਜ ਸਾਹਿਬ ਜੀ ਦੇ ਇੱਕ ਮਹਾਨ ਪਰਮ ਸ਼ਿਸ਼ ਕਿਰਪਾ ਪਾਤਰ ਸ਼ਿਸ਼ ਜਿਨ੍ਹਾਂ ਦੇ ਉੱਤੇ ਅਤੀ ਪ੍ਰਸੰਨਤਾ ਉਹਨਾਂ ਦੀ ਸੀ, ਸਤਿਗੁਰਾਂ ਦੇ ਲਾਡਲੇ ਸ਼ਿਸ਼ ਸਵਾਮੀ ਸੰਤ ਰਾਮ ਮਹਾਰਾਜ ਜੀ, ਉਹਨਾਂ ਦੇ ਚਰਨਾਂ ਵਿੱਚ ਮੈਂ ਸਭ ਤੋਂ ਪ੍ਰਥਮ ਦੰਡੌਤ ਪ੍ਰਣਾਮ ਕਰਦਾ ਹੋਇਆ ਆਪਣੀ ਸ਼ਰਧਾ ਦੇ ਫੁੱਲ ਸਤਿਗੁਰ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰਦਾ ਹਾਂ। ਮੇਰੇ ਸਤਿਗੁਰ ਬੰਦੀ ਛੋਰ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਿਆ ਨਾਲ ਸਾਡੇ ਨਗਰ ਦੇ ਸਹਿਯੋਗ ਨਾਲ ਬਾਹਰੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਸੰਪੂਰਨ ਹੋ ਰਿਹਾ ਹੈ। ਇਸ ਸਮਾਗਮ ਦੀ ਮੈਂ ਸਾਰੀਆਂ ਹੀ ਸੰਗਤਾਂ ਨੂੰ, ਸਭ ਸੇਵਾਦਾਰਾਂ ਨੂੰ, ਸਭੀ ਸਹਿਯੋਗੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਅੱਜ ਸਾਡੇ ਬਾਬਾ ਗੁਰੂ ਸਵਾਮੀ ਸੰਤ ਰਾਮ ਮਹਾਰਾਜ ਜੀ ਜਿਨ੍ਹਾਂ ਨੂੰ 48 ਸਾਲ ਸਰੀਰ ਕਰਕੇ ਅਲੋਪ ਹੋ ਗਏ ਹਨ, 47ਵੀਂ ਬਰਸੀ ਅੱਜ ਮਨਾਈ ਜਾ ਰਹੀ ਹੈ। ਸੋ ਉਹਨਾਂ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਸਤਿਗੁਰਾਂ ਦੇ ਸਾਰੇ ਹੀ ਸ਼ਿਸ਼ ਸੰਗਤ ਸਭੀ ਪਹੁੰਚੇ ਹਨ। ਸੋ ਗੁਰੂ ਪਿਆਰੀ ਸੰਗਤ ਜੀ, ਪਰਸੋਂ ਤੋਂ ਬਾਣੀ ਦੇ 3 ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਏ ਹਨ, ਜਿਹਨਾਂ ਵਿੱਚ ਸਾਡੇ 2 ਰੋਲਾਂ ਦੇ ਮਹਾਨ ਪੁਰਸ਼ ਜਿਨ੍ਹਾਂ ਨੇ ਆਪਣੇ ਮੁੱਖ ਤੋਂ ਬਾਣੀ ਦੇ ਜਾਪ ਵਿਚਾਰ ਕੀਤੇ ਹਨ। ਇਸੇ ਤਰ੍ਹਾਂ ਸਾਡੇ ਨਗਰ ਦੀਆਂ ਬੱਚੀਆਂ ਜਿਨ੍ਹਾਂ ਨੂੰ ਸਤਿਗੁਰਾਂ ਦੇ ਪ੍ਰਤੀ ਅਤਿ ਪਿਆਰ ਹੈ, ਸਤਿਗੁਰਾਂ ਦੀ ਬਾਣੀ ਪੜ੍ਹਨ ਦਾ ਅਤਿ ਉਤਸ਼ਾਹ ਹੈ, ਉਹਨਾਂ ਨੇ ਉਚੇਚੇ ਤੌਰ 'ਤੇ ਵਿੱਚ ਜਾਪ ਦੇ ਵਿੱਚ ਰੋਲ ਲਾ ਕੇ ਬਾਣੀ ਦੇ ਜਾਪ ਦੀ ਸੇਵਾ ਕੀਤੀ ਹੈ। ਇਸੇ ਤਰ੍ਹਾਂ ਮੇਰੇ ਸਤਿਗੁਰੂ ਬੰਦੀ ਛੋੜ ਮਹਾਰਾਜ ਜੀ ਦੇ ਸ਼ਰਧਾਲੂ ਪਾਠੀ ਸੇਵਕ ਸਭੀ ਪਰਸੋਂ ਤੋਂ ਲੈ ਕੇ 6 ਰੋਲਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਨਾਲ, ਸ਼ਰਧਾ ਪਿਆਰ ਦੇ ਨਾਲ ਸਤਿਗੁਰ ਬੰਦੀ ਛੋੜ ਮਹਾਰਾਜ ਜੀ ਦੀ ਬਾਣੀ ਦਾ ਜਾਪ ਉਚਾਰਨ ਕਰਦੇ ਰਹੇ ਹਨ। ਸੋ ਸਾਰੀਆਂ ਸੰਗਤਾਂ ਵੱਲੋਂ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਤਨ ਮਨ ਧਨ ਦੇ ਨਾਲ ਸਹਿਯੋਗ ਪਾਇਆ ਹੈ, ਸਾਰੀਆਂ ਹੀ ਸੰਗਤਾਂ ਵੱਲੋਂ ਇਹ ਜਾਪ ਸੰਪੂਰਨ ਹੋ ਰਹੇ ਹਨ। ਸਤਿਗੁਰ ਸਾਹਿਬ ਬੰਦੀ ਛੋੜ ਮਹਾਰਾਜ ਦੇ ਦਰਬਾਰ ਵਿੱਚ ਜੋ ਵੀ ਆ ਕੇ ਸਮਾਗਮ ਵਿੱਚ ਸ਼ਾਮਿਲ ਹੋਇਆ ਹੈ, ਸਹਿਯੋਗ ਕੀਤਾ ਹੈ, ਕਿਸੇ ਨੇ ਰਾਸ਼ਨ ਪਾਇਆ ਹੈ, ਕਿਸੇ ਨੇ ਆਪਣੀ ਕਮਾਈ ਵਿੱਚੋਂ ਧਨ ਦੀ ਸੇਵਾ ਕੀਤੀ ਹੈ, ਕਿਸੇ ਨੇ ਧਨ ਦੀ ਸੇਵਾ ਕੀਤੀ ਹੈ, ਕਿਸੇ ਨੇ ਝਾੜੂ ਫੇਰਨ ਦੀ ਸੇਵਾ, ਰੋਟੀ ਬਣਾਉਣ ਦੀ ਸੇਵਾ, ਬੇਅੰਤ ਪ੍ਰਕਾਰ ਦੀ ਸੇਵਾ ਜਿਹੜੀ ਹੈ ਉਹ ਬਹੁਤ ਕਿਸਮ ਦੀ ਸੇਵਾ ਸਮਾਗਮ ਵਿੱਚ ਤੇ ਹੁੰਦੀ ਹੈ। ਸੋ ਸਾਰਿਆਂ ਨੇ ਹੀ ਸੇਵਾ ਕੀਤੀ ਹੈ, ਸਾਰਿਆਂ ਦੇ ਹੀ ਵੱਲੋਂ ਇਹ ਬਾਣੀ ਦੇ ਜਾਪ ਹੋਏ ਹਨ, ਸਭ ਨੂੰ ਹੀ ਇਹ ਬਾਣੀ ਦੇ ਜਾਪ ਦਾ ਪੁੰਨ ਪ੍ਰਾਪਤ ਹੁੰਦਾ ਹੈ। ਸੋ ਬੰਦੀ ਛੋੜ ਮਹਾਰਾਜ ਜੀ ਦੇ ਇਹ 3 ਅਖੰਡ ਪਾਠ ਸਾਰੀਆਂ ਹੀ ਸੰਗਤਾਂ ਵੱਲੋਂ ਸੰਪੂਰਨ ਹੋ ਰਹੇ ਹਨ। ਇਸ ਦੇ ਨਾਲ ਨਾਲ ਇੱਕ ਪਾਠ ਸਹਿਜ ਪਾਠ ਅਵਤਾਰ ਸਥਾਨ 'ਤੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਮਹਾਂਪੁਰਸ਼ਾਂ ਨੇ, ਸੰਗਤਾਂ ਨੇ ਮਿਲ ਕੇ ਉਹ ਪਾਏ ਹਨ ਸੰਪੂਰਨਤਾ ਦੇ। ਇਸੇ ਤਰ੍ਹਾਂ ਇਹ 3 ਅਖੰਡ ਪਾਠਾਂ ਦੇ ਨਾਲ ਮੰਦਰ ਦੇ ਵਿੱਚ ਜਿਹੜਾ ਹਰ ਤ੍ਰੋਦਸੀ ਦਾ ਪ੍ਰੋਗਰਾਮ ਹਰ ਮਹੀਨੇ ਗੁਰੂਆਂ ਦੀ ਪਵਿੱਤਰ ਯਾਦ ਵਿੱਚ ਮਨਾਇਆ ਜਾਂਦਾ ਹੈ, ਉਹ ਸਹਿਜ ਪਾਠ ਦੇ ਵੀ ਨਾਲ ਨਾਲ ਭੋਗ ਪਾਏ ਗਏ ਹਨ। ਸੋ 2 ਸਹਿਜ ਪਾਠਾਂ ਦੇ ਭੋਗ ਹਨ, ਜਿਨ੍ਹਾਂ ਵਿੱਚ ਇੱਕ ਪਾਠ ਦੇ ਜਿਹੜਾ ਹੈ ਉਹ ਸਾਡੇ ਬੰਦੀ ਛੋਰ ਸਾਹਿਬ ਸਤਿਗੁਰੂ ਬ੍ਰਹਮ ਸਾਗਰ ਜੀ ਪੁਰੀ ਵਾਲੇ ਮਹਾਰਾਜ ਜੀ ਦੇ ਵਿਦਵਾਨ ਸੇਵਕ ਸਵਾਮੀ ਲਾਲ ਦਾਸ ਮਹਾਰਾਜ ਜੀ ਦੇ ਕਿਰਪਾ ਪਾਤਰ ਸੇਵਕ ਬਾਬੂ ਤਰਸਿੰਘ ਲਾਲ ਜੀ, ਉਹਨਾਂ ਦੇ ਪਰਿਵਾਰ ਵੱਲੋਂ
समागम विच एक सहज पाठ पूर्ण हो रहे हैं। इसी तरह गुरुदेव महाराज जी दे लुधियाने तो रविकांत नीर जी कुमार उन्होंने वालों एक पाठ सहज पाठ की जी है उन्होंने अपने माता जी के नाम से सहज पाठ करवाया है। तो दो पाठ सहज पाठ हुए हैं, एक तो रूटीन वाला ही पाठ है जिहड़ा कि हर महीने बारी बारी संगतां नूं प्राप्त हुंदा है, एक अवतार स्थान के पाठ होया है। सो बाकी सारिया ही संगतां वालों सांझे रूप से पाठ तिन खंड पाठ हुए हैं। मेरे सतगुरु बंदी छोर महाराज सारी संगतां ते जा के कृपा बनाई रखन इस समागम दे विच। परसों तो लैके समागम जिहड़ा है 48 घंटे भी बजाए भी 50 और 55 घंटे तक समागम जिहड़ा लगातार हो रहा है, 1 बजे तक 50 और 55 घंटे हो जाएंगे। ये साढ़े डॉक्टर हरदीप जी जिहड़े कि 12 महीने 30 दिन कुटिया के दरबार में मरीजों की ट्रीटमेंट इलाज करते हैं, उन्होंने 3 दिन के अपना मेडिकल कैंप के दवाइया जिहड़ियां है फ्री दे के सारिया संगतां दा जिहड़ा है वो सेवा जिहड़ी ट्रीटमेंट किया है। इसी तरह साढ़े बहुत ही आदरयोग पानीपत तो डॉक्टर साहबान जिहड़े कि फिजियोथरापी के नाल शरीर के दर्दों की इलाज करते हैं। परसों कल तो कल सवेर तो ही 2 नंबर कमरे हॉस्पिटल वाले पर कल तो सवेर तो ही मरीजों की सेवा के हाजिर हुए हैं। मैं उन्होंने नामदार रमेश जी साढ़े अंबाले वाले उन्होंने मित्र हैं, उन्होंने वालों कल तो ही मरीजों की सेवा के उन्होंने अपना कीमती टाइम लाया है। इसी तरह मेरे गुरुदेव महाराज जी के सेवक डॉक्टर विनोद जंगल जी करनाल वाले झांगड़िया के साठपुट के रैसड़े के रोडवाणे के सारे पिंड सेवादार इकट्ठे होकर उस भंडारे के भंडारा बरताने वास्ते सेवा कर रहे हैं। कई दिन तो बच्चे जिहड़े नगर के साडे पिंड के हैं यूथ क्लब के बच्चे कई दिन तो समागम की तैयारी के अपना सारा समा ला रहे हैं। इसी तरह समागम के परसों 4 बजे सभी महापुरश सारिया संगत सतगुरों के ननिहाल धाम नानका काम पंजाबी नानका कहा जाता है, हिंदी में ननिहाल धाम जिहड़ा है सतपुर है 1 किलोमीटर से सारे महापुरश सारिया संगत परसों शाम 4 बजे उस दरबार में पहुंचिया थिया जिथे सतगुरों की पूजनी माता जी का जन्म होया, जिथे बचपन में सतगुरु जी छोटी आयु में माता की उंगली फड़ के जरूर जाते हो नानके घर के उत्थे साडे ट्रस्ट वालों साखपुर के नगरवासी संगतां वालों फ्री जमीन दिती गई जिसे ट्रस्ट वालों या नगरवासियों वालों सेवा इकट्ठी करके बंदी छोर महाराज के याद में ननिहाल धाम जिहड़ा तैयार होया है उत्थे सारे ही संगत संत महापुरश पहुंचे सन, साढ़े ट्रस्ट वालों सारा इंतजाम उत्थे हो गया है। इसी तरह रामपुर कलां दे विच जो सतगुरु जी का रामपुर नगर का दूसरा वास है उहदे विच भी सतगुरु बंदी छोर महाराज ने सारिया संगतां नूं प्यार बख्शिश किया है। दूसरे वास विच रामपुर कलां दे विच दरबार सतगुरु भूरी वाले महाराज का दरबार है जिथे सारे महापुरश सारी संगतां परसों पहुंचिया सन। शोभा यात्रा के रूप में ही वो प्रोग्राम जिहड़ा है 2 घंटे का था जिहदे विच साखपुर और रामपुर कलां के नगरवासियों ने बहुत ही आया हुआ महापुरशां का संगतां का सत्कार करके बड़ी सेवा की है। सो कल शोभा यात्रा जिहड़ी है बंदी छोर महाराज के इस दरबार विचों अरदास स्थान से शोभा यात्रा का प्रोग्राम बड़े धूमधाम के नाल संपूर्ण होया है। इस समागम के परसों तो ही सत्संग सतगुरु जी की अवतार कथा सतगुरों की बाणी का सत्संग और महापुरशों द्वारा कीर्तन शब्द सत्संग हो रहा है।
और रात आज शिवरात्रि का शुभ दिन भी है। स्वामी संतराम महाराज जी ने 1972 में 3 मार्च को शिवरात्रि वाले दिन अपनी जीवन यात्रा संपूर्ण की सी। सो उसी याद में मेरे गुरुदेव महाराज जी लगभग 32 या 33 साल तक इस समागम को बड़े धूमधाम के नाल मना दे रहे। सानू हुक्म किया है साडे ट्रस्ट नू कि स्वामी संतराम महाराज जी का उन्होंने हुक्म नाल समागम मनाया जा रहा है। सो बंदी छोड़ महाराज के समागम में संगतां गुरु 205 हैं। मेरे गुरुदेव महाराज जी के परिवार के मैंबर भी आए हैं, अमरनाथ महाराज जी के परिवार के मैंबर भी आए हैं, स्वामी केवलदास महाराज जी के परिवार के मैंबर भी सभी पहुँचे हैं। इसी तरह जलूर धाम तो, कैलपुर धाम तो, याली धाम तो, शराणी धाम तो, सब जगह जगह तो महापुरश की कृपा नाल उन्होंने आशीर्वाद आग्ञा नाल सब संगत सतगुरु के दरबार में पहुंचिया हैं। साडे दूनी के इलाके तो, बीच के इलाके तो, कंडी के इलाके तो सभी सतगुरु के दरबार में पहुंचे हैं। कंडी के इलाके दौरे दर्शन लाल MLA जी जिन्हों के सारे परिवार की परसों तो कल तो इतने हाजिरी लग रही है, उन्होंने वालों भी सेवा हो रही है। अज शायद सरकार वालों सैशन के प्रोग्राम के विधानसभा का सैशन है, जिस करके हो सकता है कि वो मौके पर ना भी पहुँच सकन, लेकिन चौधरी जी के बच्चे पहुँचे हैं। इसी तरह मेरे बहुत ही सारे सहयोगी ट्रस्टी मैंबर जिन्हों के मैं किदा नाम लवा बहुत ही सारिया के सहयोग नाल, क्योंकि मैं सारा कुछ तो नहीं कर सकता, दस ही सकता हाँ कि अरेजमेंट करो तो बहुत ही भज दौड़ करके साढ़े नगर के सारे ही संगत वालों, बजाड़ा के सारे परिवार वालों बहुत ही रुचि दे नाल मेरे इस समागम में मैनू सहयोग परिवार वालों, सारे बजाड़ परिवार वालों बहुत विशेष रूप से अपना सहयोग प्राप्त हो रहा है। सारे बच्चे सभी आके पूरे नगर के जो लोग हैं सारे समागम के कोसवाल परिवार, बजाड़ परिवार, किसाने परिवार, उपले अपने जट परिवार, ये सारे नगर के जोड़े हैं सारे सहयोगी बंदी छोर महाराज के दरबार में हाजरियां लगा रहे हैं। इसी तरह रुड़वाने तो, रामपुर कला तो, रैसरे तो, गनूरे तो, साठपुर तो, झांगड़िया तो, नेड़े नगर का बहुत बड़ा सहयोग है सतगुरों के दरबार में। हर काम के पहुँच रहे हैं सतगुरों के दरबार में, सारे ने सेवा की है। सो सतगुर बंदी छोर महाराज के चरणों में मैं नौ इसी करके थोड़ा जहा जिक्र करता हाँ कि एक दूसरे को उत्साह हो जाता है सतगुरों के दरबार में सेवा करने का। वैसे तो अंदर जामे साहेब सब की सेवा जानते हैं, जिहड़ा श्रद्धा प्यार दे नाल सेवा करता है उन्हां दी सेवा सतगुर के दरबार में परवान होंदी है। बहुत बहुत खुशी है कि साडे कंडी के इलाके विच, साडे दून के इलाके विच भी बाद विच रहे सिद्ध पुरश बाबा सरवणदास महाराज जी, उदासीन संपर्दा के एक महान उगे सूरज जिहड़े महान पुरश से सिद्ध पुरश के मुख तो जो बच निकलता पुन हुंदा था, मेरे गुरुदेव महाराज जी के नाल उन्हां दा बहुत बड़ा प्रेम था। उन्होंने कृपा पात्रताधारी शिष्य स्वामी दयालदास महाराज जी साढ़े समागम में साड़ी बेनती में प्रवान करते हुए हमने हूँ पधारे हैं। महाराज जी का आने से बहुत बहुत स्वागत है। परसों को लैके महापुरशा का सतगुरों के समागम में आना जाना आ रहे हैं और जा भी रहे हैं, क्योंकि कई जगह प्रोग्राम महापुरशा द्वारा लिखे गए होंगे। अल स्वामी प्रकाशानंद महाराज जी ने हाजरियां लगाइया थी, इसी तरह स्वामी आत्मानंद जी, स्वामी रमणानंद महाराज जी उन्होंने वालों भी कल हाजरी लगा के अज आत्मानंद जी महाराज हो संतान के नाल पहुँचे थे। सो सारे महापुरशों वालों हाजरियां लगिया हैं सतगुरों के दरबार में। सारे महापुरशों का मैं तहे दिल तो बहुत बहुत धन्यवाद करता हाँ। सतगुर साहब बंदी छोर महाराज के दरबार में
ਸਾਡੇ ਗੁਆਂਢੀ ਸਰਦਾਰ ਅਕਬਾਲ ਸਿੰਘ ਜੀ SSP ਰਿਟਾਇਰਡ, ਜਿਨ੍ਹਾਂ ਦਾ ਸਾਡੇ ਸਤਿਗੁਰਾਂ ਦੇ ਦਰਬਾਰ ਦੇ ਨਾਲ ਬਹੁਤ ਪ੍ਰੇਮ ਹੈ। ਕੱਲ੍ਹ ਸ਼ਾਮੀ ਵੀ ਸੰਗਤਾਂ ਨੂੰ ਸਟੇਜ 'ਤੇ ਆਪਣੇ ਵਿਚਾਰ ਬਾਣੀ ਦੇ ਵਿਚਾਰ ਦੱਸ ਕੇ ਉਹਨਾਂ ਨੇ ਆਪਣਾ ਸੰਗਤਾਂ ਨੂੰ ਆਪਣੇ ਬਾਣੀ ਦੇ ਨਾਲ ਜੋੜਿਆ ਥਾ। ਸੋ ਅੱਜ ਵੀ ਸਾਡੇ ਸਮਾਗਮ ਵਿੱਚ ਪਧਾਰੇ ਹਨ, ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਹੋਰ ਇਲਾਕੇ ਦੇ ਸਮਾਜ ਸੇਵੀ, ਇਲਾਕੇ ਦੇ ਉੱਘੇ ਮੈਂਬਰ, ਸਾਡੇ ਇਲਾਕੇ ਦੇ ਸਾਰੇ ਹੀ ਸੇਵਾਦਾਰ ਔਰ ਕੰਢੀ ਦੇ ਇਲਾਕੇ ਤੋਂ, ਦੂਰ ਦੂਰ ਤੋਂ, ਖਾਸ ਕਰਕੇ ਬੀਤ ਦੇ ਇਲਾਕੇ ਤੋਂ, ਜਿਨ੍ਹਾਂ ਨੇ ਕਈ ਦਿਨ ਤੋਂ ਲੈ ਕੇ ਸਾਡੇ ਪ੍ਰਦੀਪ ਜੀ, ਦਰਸ਼ਨ ਲਾਲ, ਰਾਮਨਾਥ, ਮਨਜੀਤ, ਕੇਸ਼ੀ, ਸਿੰਧੂ, ਇਹ ਸਾਰੇ ਖਾਸ ਖਾਸ ਮੈਂ ਨਾਂ ਲੈਣ ਲੱਗਾ ਤਾਂ ਭੁੱਲ ਹੀ ਜਾਂਦਾ ਹਾਂ, ਕਿੰਨੇ ਸਹਿਯੋਗੀ ਹਨ ਜਿਨ੍ਹਾਂ ਨੇ ਇਹ ਇੱਕ ਪੂਰੀ ਗੇਂਗ ਦੇ ਰੂਪ ਵਿੱਚ, ਪੂਰੀ ਗਰੁੱਪ ਦੇ ਰੂਪ ਵਿੱਚ ਸਾਰੇ ਹੀ ਸੇਵਾਦਾਰਾਂ ਨੇ ਸਮਾਗਮ ਦੇ ਵਿੱਚ ਸੇਵਾ ਕਰਕੇ ਬੰਦੀ ਛੋੜ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸੇਵਕ ਦੀ ਸੇਵਾ ਹੁੰਦੀ ਹੈ ਤਦ ਹੀ ਸਮਾਗਮ ਦੇ ਵਿੱਚ ਅਰੇਂਜਮੈਂਟ ਜਿਹੜਾ ਹੈ ਸਹੀ ਰੂਪ ਦੇ ਵਿੱਚ ਬਣਦਾ ਹੈ, ਨਹੀਂ ਤਾਂ ਗੜਬੜ ਜਿਹੜੀ ਹੋ ਜਾਂਦੀ ਹੈ, ਕਿਸੇ ਪਾਸੇ ਕੁਛ, ਕਿਸੇ ਪਾਸੇ ਕੁਛ। ਸਾਡੇ ਮਨਜੀਤ ਸਿੰਘ ਗਨੂਰਾ, ਮਨਜੀਤ ਸਿੰਘ ਕੰਤ ਗਨੂਰਾ ਵਾਲੇ ਜਿਹੜੇ ਕਿ ਸਾਡੇ ਇਸ ਦਰਬਾਰ ਦੇ ਇੱਕ ਖਾਸ ਕਰਿੰਦੇ ਹਨ, 12 ਮਹੀਨੇ 3 ਦਿਨ ਲਗਭਗ 15-16 ਸਾਲ ਤੋਂ ਲੈ ਕੇ ਹਰ ਕੰਮ ਦੇ ਵਿੱਚ ਉਹਦੀ ਸਮਝ ਨਾਲ, ਦਿਮਾਗ ਦੇ ਨਾਲ ਹਰ ਕੰਮ ਦੇ ਵਿੱਚ ਉਹ ਕਰਵਾ ਰਹੇ ਹਨ। ਸੋ ਉਹਨਾਂ ਵੱਲੋਂ ਉਹਨਾਂ ਦੇ ਮਹਿਕਮੇ ਜਿਹੜੇ ਬਿਜਲੀ ਵਾਲਾ ਹੈ, ਉਹਨਾਂ ਵੱਲੋਂ ਭਾਗ ਸਿੰਘ SDO ਔਰ ਸਾਡੇ ਇਸ ਏਰੀਏ ਦੇ JE ਸਾਹਿਬ ਕੁਲਵਿੰਦਰ ਸਿੰਘ, ਉਹਨਾਂ ਨੇ ਖਾਸ ਕਰਕੇ ਬਿਜਲੀ ਨੂੰ ਬੰਦ ਨਾ ਹੋਣ ਦਾ ਸੰਕਲਪ ਲਿਆ ਹੈ ਕਿ ਪਰਸੋਂ 3 ਦਿਨ ਤੋਂ ਬਿਜਲੀ ਬੰਦ ਨਹੀਂ ਹੋਣ ਦੇਣੀ। ਬੜੀ ਸ਼ਰਧਾ ਹੈ, ਬੜਾ ਪਿਆਰ ਹੈ। ਪਰਸੋਂ ਤੋਂ ਲੈ ਕੇ ਕੱਲ੍ਹ ਰਾਤ ਥੋੜ੍ਹਾ ਬਿਜਲੀ ਦੇ ਕੱਟਣ ਨਾਲ ਥੋੜ੍ਹੀ ਜਿਹੀ ਬਿਜਲੀ ਬੰਦ ਹੋ ਗਈ ਅਚਾਨਕ, ਲੇਕਿਨ ਬਿਜਲੀ ਬੰਦ ਨਹੀਂ ਹੋਣ ਦਿੱਤੀ ਹੁਣ ਤੱਕ ਉਹਨਾਂ ਨੇ। ਬੜਾ ਸਹਿਯੋਗ, ਕਿਉਂਕਿ ਇੱਕ ਬਿਜਲੀ ਦੇ ਨਾਲ ਹੀ ਪਾਣੀ ਦੀ ਸਪਲਾਈ ਹੁੰਦੀ ਹੈ, ਇਹਦੇ ਨਾਲ ਸਾਰੀ ਵਿਵਸਥਾ ਚੱਲਦੀ ਹੈ, ਬਿਜਲੀ ਔਰ ਪਾਣੀ ਨਾਲ। ਸਮਾਗਮ ਵਿੱਚ ਅਗਰ ਬਿਜਲੀ ਨਹੀਂ ਤਾਂ ਪਾਣੀ ਵੀ ਨਹੀਂ ਤਾਂ ਸਾਰੀ ਵਿਵਸਥਾ ਜਿਹੜੀ ਵਿਗੜ ਜਾਂਦੀ ਹੈ। ਸੋ ਪਰਸੋਂ ਤੋਂ ਲੈ ਕੇ ਇਸ ਵਿਵਸਥਾ ਨੂੰ ਠੀਕ ਰੱਖਣ ਵਾਸਤੇ ਸਾਡੇ ਬਿਜਲੀ ਦੇ ਮਹਿਕਮੇ ਵੱਲੋਂ ਬਹੁਤ ਬੜਾ ਸਹਿਯੋਗ ਹੈ। ਸਤਿਗੁਰੂ ਜੀ ਦਇਆ ਕਿਰਪਾ ਕਰਨ, ਮੇਰੇ ਗੁਰਦੇਵ ਮਹਾਰਾਜ ਜੀ ਦੇ ਸੇਵਕ ਭਾਗ ਸਿੰਘ SDO ਬਹੁਤ ਹੀ ਇਸ ਦਰਬਾਰ ਦੇ ਸ਼ਰਧਾਵਾਨ ਸੇਵਕ ਹਨ। ਸੋ ਉਹਨਾਂ ਵੱਲੋਂ ਬਹੁਤ ਧੰਨਵਾਦ ਹੈ। ਅੱਜ ਸਾਡੇ ਥਾਣਾ ਨੂਰਪੁਰ ਬੇਦੀ ਤੋਂ ਵੀ ਕਰਮਚਾਰੀ, ਉੱਥੇ ਸਾਰੇ ਇਸ ਦਰਬਾਰ ਦੇ ਸੇਵਕ ਹੀ ਹਨ, ਉਹ ਵੀ ਪਹੁੰਚੇ ਹਨ, ਸਭ ਆਪਣੀ ਡਿਊਟੀ 'ਤੇ ਖੜ੍ਹੇ ਹਨ। ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦਾ ਬਹੁਤ ਬੜਾ ਸਹਿਯੋਗ ਹੈ। ਮੈਂ ਬੰਦੀ ਛੋੜ ਮਹਾਰਾਜ ਜੀ ਦੇ ਚਰਨਾਂ ਵਿੱਚ, ਖਾਸ ਕਰਕੇ 3 ਦਿਨਾਂ ਦੇ ਵਿੱਚ ਜਿਹੜਾ ਪਾਠੀਆਂ ਨੇ ਮਿਲ ਕੇ ਬੰਦੀ ਛੋੜ ਮਹਾਰਾਜ ਦੀ ਬਾਣੀ ਦੇ ਪਾਠ ਕੀਤੇ ਹਨ, ਕਿਉਂਕਿ ਸਮਾਗਮ ਦੇ ਵਿੱਚ ਮੇਨ ਪਾਠ ਹੁੰਦਾ ਹੈ ਬੰਦੀ ਛੋੜ ਮਹਾਰਾਜ ਦੀ ਬਾਣੀ ਦਾ ਜਾਪ, ਜਿਹੜੀਆਂ ਸਾਰੀਆਂ ਸੰਗਤਾਂ ਨੂੰ ਜਿਸਦਾ ਪੁੰਨ ਪ੍ਰਾਪਤ ਹੁੰਦਾ ਹੈ, ਉਹ ਪਾਠੀਆਂ ਵੱਲੋਂ ਸੇਵਾ ਹੈ, ਬਹੁਤ ਬੜੀ ਸੇਵਾ ਹੈ। ਰਾਤ ਦੀ, ਦਿਨ ਦੀ ਸਾਰੀ ਸੇਵਾ ਜਿਹੜੀ ਪਾਠੀਆਂ ਵੱਲੋਂ ਹੈ, ਉਹ ਸੇਵਾ ਪਰਸੋਂ ਤੋਂ ਲੈ ਕੇ ਨਿਭਾਈ ਗਈ। ਮੈਂ ਬੰਦੀ ਛੋੜ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਜੀ ਆਪ ਜੀ ਦੇ ਇਸ ਅਵਤਾਰ ਭੂਮੀ ਦੇ ਪਾਵਨ ਦਰਬਾਰ ਵਿੱਚ ਜਿਹੜੇ ਜਿਹੜੇ ਪਾਠੀਆਂ ਨੇ ਸੇਵਾ ਕੀਤੀ ਬੰਦੀ ਛੋੜ ਮਹਾਰਾਜ, ਆਪ ਉਹਨਾਂ ਨੂੰ ਇਸ ਸੇਵਾ ਦੇ ਨਾਲ ਜੁੜੀ ਰੱਖਣਾ, ਹਮੇਸ਼ਾ ਬਾਣੀ ਦੇ ਪ੍ਰਤੀ ਉਹਨਾਂ ਦੀ ਸ਼ਰਧਾ ਬਣੀ ਰਹੇ, ਅਗਲੇ ਜਨਮਾਂ ਵਿੱਚ ਵੀ ਬਾਣੀ ਦੇ ਨਾਲ ਜੁੜੇ ਰਹਿਣ, ਐਸੀ ਮੇਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਇਸੀ ਅਰਦਾਸ ਦੇ ਨਾਲ ਮੈਂ ਸਾਰੀਆਂ ਹੀ ਸੰਗਤਾਂ ਦੇ ਲਈ ਬੰਦੀ ਛੋੜ ਮਹਾਰਾਜ ਜੀ ਦੇ ਚਰਨਾਂ ਵਿੱਚ ਡੰਡੌਤ ਪ੍ਰਣਾਮ ਕਰਦਾ ਹਾਂ। ਅੱਜ ਬਹੁਤ ਦੂਰ ਦੂਰ ਤੋਂ ਸੰਗਤ ਜਿਹੜੀ ਪਹੁੰਚੀ ਹੈ, ਮੈਂ ਸਾਰਿਆਂ ਨੂੰ ਮਿਲ ਵੀ ਨਹੀਂ ਸਕਦਾ, ਕਿਉਂਕਿ ਇੱਕ ਟਾਈਮ 'ਚ ਇੱਕ ਬੰਦਾ ਸਾਰਿਆਂ ਨੂੰ ਅਟੈਂਡ ਨਹੀਂ ਕਰ ਸਕਦਾ, ਸਾਰਿਆਂ ਦੇ ਨਾਲ ਮਿਲ ਕੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰ ਸਕਦਾ, ਇਸ ਕਰਕੇ ਕਿਸੇ ਨੂੰ ਮਿਲ ਗਿਆ, ਕਿਸੇ ਨੂੰ ਨਹੀਂ ਮਿਲਿਆ। ਬੰਦੀ ਛੋੜ ਮਹਾਰਾਜ ਦੇ ਦਰਬਾਰ ਵਿੱਚ ਸਾਰਿਆਂ ਨੇ ਹਾਜ਼ਰੀਆਂ ਲਾਈਆਂ ਹਨ,
मेरे सतगुर बंदी छोर महाराज सारिया ही संगतान तंदुरुस्ती बख्शते रहन सारे घर सुख शांति बनी रहे। खास करके मेरी अरदास है दाता सतगुरु जी के चरणों में सारिया ही संगतान सतगुरु जी अपने चरणों का प्यार बख्शते रहन सब के हिरदे सतगुरु की श्रद्धा प्यार बनिया रहे। ऐसी मेरी सारिया ही संगतान वास्ते अरदास है दाता गुरु महाराज जी के चरणों में मैं बार बार श्रद्धा के फुल अर्पण करना हाँ जिन्होंने अपने जीवन में बहुत बड़ी कमाई की है। वो एक ऐसे महान योगी थे जिन्हों के बारे में कह सकते हाँ कि साहिब से बच्चे बे उस दरबार बाद यहाँ ना प्रगट होते हैं परम स्नेही साथ। चेहरा ऐसा लाल दगदग करता था बहुत सुंदर सुरीली आवाज थी लेकिन कदे भी वो ना प्रवचन करते थे पाठ जरूर करते सन पाठ की आवाज मैं अज भी मेरे कन्ना दे विच गूंजदी कदी कदी जदों उन्हां दी पाठ की आवाज सुनते हाँ ऐसी आवाज कभी अज तक सुनी नहीं किसी की जिन्ना जी उन्होंने आवाज थी पाठ की तो लेकिन गुप्त थे हर बात दे विच अपने आप में गुप्त रखते थे बिल्कुल सिंपल साधारण जिहा सादा जीवन दे विच रह के सतगुरों की आग्ञा अक्ष रक्षित आखिरी टाइम तक पालिया है। उन्होंने 23 साल की आयु में सतगुरों के सुनाणी धाम आके सतगुरों के चरणों में लगे थे तो बाणी की खास सेवा उन्होंने वालों सतगुरों ने वरदान बख्शे थे। 1925 सतगुरों ने वर दिता था कि बच्चू सतगुरों की बाणी अक्षर अक्षर जिहड़ा है रो के दरबार साहब संपूर्ण रूप में तैयार करना है। 1 साल 12-12 घंटे लग के पूर्ण किया। फिर दूसरा एक होर दरबार साहब लिखण वास्ते हुक्म हो गया दूसरे साल को लिखा हुक्म क्या था कि पूरा जीवन ही बाणी लिखण दे विच लग गया। उन्हां दा आखिरी समय तक 2 या 3 दिन पहला चटाणी धाम बाणी लिखते लिखते श्री महंत गंगा सागर महाराज तो याद लैके मेरठ सेवकां दे साडे मंगूपुर तो ठेकेदार मनशा राम जी ਨੂੰ ਮਿਲਣ ਵਾਸਤੇ ਉਹਨਾਂ ਨਾਲ ਬਹੁਤ ਪ੍ਰੇਮ ਥਾ ਉਸ ਪਰਿਵਾਰ ਦੇ ਨਾਲ ਜਿਹੜਾ ਕਿ ਚੌਧਰੀ ਦਰਸ਼ਨ ਲਾਲ ਜੀ ਦਾ ਪਰਿਵਾਰ ਹੈ ਉਹ ਸਾਰੇ ਪਰਿਵਾਰ ਦੇ ਨਾਲ ਸਵਾਮੀ ਸੰਤ ਰਾਮ ਮਹਾਰਾਜ ਸਤਿਗੁਰ ਧੂਰੀ ਵਾਲੇ ਮਹਾਰਾਜ ਦੇ ਚਰਨਾਂ ਦੇ ਨਾਲ ਲੱਗੇ ਹੋਏ ਸਾਰੇ ਦਾ ਪਰਿਵਾਰ ਪ੍ਰੇਮ ਥਾ ਉਹਨਾਂ ਨੂੰ ਮਿਲਣ ਵਾਸਤੇ ਉੱਥੇ ਪਹੁੰਚੇ ਥੇ ਤੋ ਉਹ ਤੋਂ ਨਹੀਂ ਮਿਲੇ ਉਹਨਾਂ ਦੇ ਛੋਟੇ ਭਰਾ ਅਮਰ ਸਿੰਘ ਥੇ 2 ਦਿਨ ਠਹਿਰ ਕੇ ਤੋ ਸਵੇਰ ਵੇਲੇ ਰਾਤ ਨੂੰ ਆਰਤੀ ਕੀਤੀ ਭੋਜਨ ਕੀਤਾ ਔਰ ਸਵੇਰ ਨੂੰ ਜੋਤ ਜਗਾ ਕੇ ਨਿਤਰਿਮ ਕਰਦੇ ਹੋਏ 3 ਮਾਰਚ 1972 ਨੂੰ ਇੱਦਾਂ ਰਜਾਈ ਉੱਪਰ ਲਈ ਹੋਈ ਹੈ। ਥੋੜ੍ਹੀ ਥੋੜ੍ਹੀ ਠੰਡ ਦੇ ਦਿਨ ਥੇ ਤੋ ਸਰੀਰ ਵਿੱਚੋਂ ਬੈਠੇ ਬੈਠੇ ਹੀ ਆਪਣੀ ਆਤਮਾ ਨੂੰ ਪੜ੍ਹ ਕੇ ਗੁਰੂ ਲੋਕ ਸਤਲੋਕ ਨੂੰ ਗਏ 3-4 ਘੰਟੇ ਤੱਕ ਘਰਦਿਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਮਹਾਰਾਜ ਨੂੰ ਸ੍ਰੀ ਛੱਡ ਚੁੱਕੇ ਹਨ ਕਹਿੰਦੇ ਭਜਨ ਕਰਦੇ ਹਨ ਬੈਠੇ 7-8 ਵਜੇ ਤੱਕ ਬੁਲਾਇਆ ਨਹੀਂ ਦੇਖਦੇ ਰਹੇ ਕਿ ਭਜਨ ਕਰ ਰਹੇ ਹਨ। ਜਦ ਦੇਖਿਆ ਹੈਰਾਨ ਹੋ ਗਏ ਕਿ 7-8 ਵਜੇ ਫਿਰ ਮਹਾਰਾਜ ਹਿੱਲੇ ਨਹੀਂ ਉੱਠੇ ਨਹੀਂ ਦੇਖੋ ਤੁਸੀਂ ਜਦ ਦੇਖਿਆ ਤਾਂ ਸਰੀਰ ਠੰਡਾ ਹੋ ਚੁੱਕਿਆ ਥਾ 3-4 ਘੰਟੇ ਦਾ ਸ੍ਰੀ ਛੱਡ ਚੁੱਕੇ ਡੁੱਬੇ ਬੈਠੇ ਸ੍ਰੀ ਬੈਠੇ ਸਤਿਗੁਰ ਭੂਰੀ ਵਾਲੇ ਮਹਾਰਾਜ ਦੀ ਤਰ੍ਹਾਂ ਹੀ ਉਹਨਾਂ ਦਾ ਆਖਰੀ ਸਮੇਂ ਤਾਂ ਸੋ ਇਸ ਕਰਕੇ ਬਹੁਤ ਕਰਨੀ ਦੇ ਮਾਲਕ ਸਵਾਮੀ ਸੰਤ ਰਾਮ ਮਹਾਰਾਜ ਜੀ ਉਹਨਾਂ ਦੇ ਸੰਕਲਪ ਥੇ ਕਿ ਮੇਰੇ ਸਤਿਗੁਰੂ ਜੀ ਦਾ ਇਸ ਅਵਤਾਰ ਭੂਮੀ 'ਤੇ ਝੰਡਾ ਲਹਿਰਾਉਣਾ ਹੈ। ਉਸ ਝੰਡੇ ਨੂੰ ਲਹਿਰਾਉਣ ਵਾਸਤੇ ਸਮੇਂ ਦੀ ਲੋੜ ਸੀ। ਸਮਾਂ ਤਾਂ ਮੰਗ ਕਰਦਾ ਹੈ ਕਿ ਸਮਾਂ ਲੱਗੂਗਾ ਲੇਕਿਨ ਉਹ ਝੰਡਾ ਉਹਨਾਂ ਨੇ ਲਹਿਰਾ ਦਿੱਤਾ ਤਾਂ ਆਪਣੇ ਬਚਨ 25 ਸਾਲਾਂ ਦੇ ਵਿੱਚ ਜੋ ਝੰਡਾ ਲਹਿਰਾ ਸਕੇ ਉਹ ਲਹਿਰਾਇਆ ਆਪਣੇ ਸ਼ਿਸ਼ਾਂ ਨੂੰ ਸਵਾਮੀ ਸੰਤ ਰਮਦਾਸ ਬ੍ਰਹਮਚਾਰੀ ਜੀ ਮਹਾਰਾਜ ਅਮਰਨਾਥ ਮਹਾਰਾਜ ਜੀ ਕੇਵਲਦਾਸ ਮਹਾਰਾਜ ਜੀ ਨੂੰ ਆਸ਼ੀਰਵਾਦ ਦੇ ਕੇ ਇਸ ਸੇਵਾ ਦੇ ਵਿੱਚ ਜੋੜਿਆ ਥਾ ਜਿਨ੍ਹਾਂ ਨੇ ਸੇਵਾ ਸੰਪੂਰਨ ਕਰਾਈ ਹੈ। ਸਾਰੇ ਗੁਰੂ ਦੇਵ ਮਹਾਰਾਜ ਜੀ ਨੇ ਝੰਡਾ ਲਹਿਰਾਇਆ ਹੈ ਆਪਣੇ ਜੀਵਨ ਵਿੱਚ ਸਤਿਗੁਰਾਂ ਦਾ ਅਰਦਾਸ ਸਾਨੂੰ ਉਹ ਅੱਜ ਝੰਡੇ ਲਹਿਰਾ ਰਹੇ ਹਨ ਸਤਿਗੁਰਾਂ ਦੇ ਇਹ ਸਵਾਮੀ ਸੰਤ ਰਾਮ ਮਹਾਰਾਜ ਜੀ ਦਾ ਇੱਕ ਚਮਤਕਾਰ ਹੈ ਪਰਚਾ ਹੈ ਉਹਨਾਂ ਦੇ ਜੀਵਨ ਦਾ। ਗੁਰੂ ਜੀ ਕਹਿੰਦੇ ਸਨ ਕਿ ਜਦ ਤੱਕ ਸਰੀਰ ਰਿਹਾ ਮੇਰੇ ਸਤਿਗੁਰ ਦਾ
ਉਹਨਾਂ ਦੇ ਸਰੀਰ ਦੀ ਪਾਵਨ ਸਿੰਘ ਦੀ ਸੇਵਾ ਕੀਤੀ ਹੈ, ਹੁਣ ਉਹਨਾਂ ਦੇ ਨਾਮ ਦੀ ਸੇਵਾ ਮੇਰੀ ਆਖਰੀ ਸਮੇਂ ਤੱਕ ਹੋ ਗਈ। ਸੋ ਇਸੇ ਤਰ੍ਹਾਂ ਸ਼ੁਰਾਣੀ ਧਾਮ ਦੇ ਪ੍ਰਤੀ, ਸ਼੍ਰੀ ਮਹੰਤਾਂ ਦੇ ਪ੍ਰਤੀ ਉਹਨਾਂ ਦਾ ਆਖਰੀ ਸਮੇਂ ਤੱਕ ਐਸਾ ਦ੍ਰਿੜ ਭਾਵ ਥਾ, ਸਤਿਗੁਰਾਂ ਨੇ ਦ੍ਰਿੜ ਕਰਵਾਇਆ ਥਾ। ਉਸੇ ਤਰ੍ਹਾਂ ਨਾਲ ਉੱਥੇ ਜਾ ਕੇ ਪਾਠ ਦੀ ਗੁੱਟੀ ਲਾਣੀ, ਸਮਾਗਮ ਵਿੱਚ ਹਾਜ਼ਰੀ ਲਾਣੀ, ਸ਼੍ਰੀ ਮਹੰਤ ਮਹਾਰਾਜ ਨੂੰ ਡੰਡੌਤ ਪ੍ਰਣਾਮ ਕਰਕੇ ਹਰ ਆਗਿਆ ਦਾ ਪਾਲਣ ਕਰਨਾ ਉਹਨਾਂ ਦੇ ਜੀਵਨ ਦਾ ਇੱਕ ਲਕਸ਼ ਥਾ। ਉਸਨੂੰ ਪੂਰਾ ਕਰਕੇ ਉਹਨਾਂ ਨੇ ਆਪਣੇ ਜੀਵਨ ਪੂਰ ਕੀਤਾ ਹੈ। ਇਸੇ ਲਈ ਪੂਰਨ ਪੁਰਸ਼ਾਨੰਦ ਸਾਨੂੰ ਬਹੁਤ ਬੜੀ ਖੁਸ਼ੀ ਹੈ ਕਿ ਅਸੀਂ ਐਸੇ ਪੂਰਨ ਬ੍ਰਹਮ ਗਿਆਨੀ ਗੁਰੂਆਂ ਦੇ ਚਰਨਾਂ ਵਿੱਚ ਉਹਨਾਂ ਦੇ ਸ਼ਿਸ਼ ਸੇਵਕ ਬਣ ਕੇ ਸਾਨੂੰ ਜੀਵਨ ਵਿੱਚ ਇਹ ਮੌਕਾ ਮਿਲਿਆ ਹੈ ਸਤਿਗੁਰਾਂ ਦੇ ਨਾਲ ਜੁੜਨ ਦਾ। ਸੋ ਇਸ ਲਈ ਗੁਰੂ ਪਿਆਰੇ ਸਿੰਘ ਜੀ, ਸਤਿਗੁਰੂ ਸਵਾਮੀ ਸੰਤ ਰਾਮ ਮਹਾਰਾਜ ਜੀ ਦੇ ਜੀਵਨ ਦੇ ਬਾਰੇ 'ਚ ਅਗਰ ਮੈਂ ਲੰਬੀ ਕਥਾ ਸ਼ੁਰੂ ਕਰ ਦਿੰਦਾ ਤਾਂ ਉਹ ਇੱਕ ਘੰਟੇ ਦੀ ਇਹ ਵੀ ਜ਼ਿਆਦਾ ਪੂਰਨ ਹੋ ਗਿਆ, ਲੇਕਿਨ ਮੈਂ ਉਹਨਾਂ ਦੇ ਚਰਨਾਂ ਵਿੱਚ ਡੰਡੌਤ ਪ੍ਰਣਾਮ ਕਰਦਾ ਹਾਂ। ਸਤਿਗੁਰ ਬੰਦੀ ਛੋਰ ਮਹਾਰਾਜ ਜੀ ਦੇ ਚਰਨਾਂ ਵਿੱਚ ਮੈਂ ਸਾਰਿਆਂ ਲਈ ਬੇਨਤੀ ਕਰਦਾ ਹੋਇਆ ਅੱਗੇ ਪ੍ਰੋਗਰਾਮ ਜਿਹੜਾ ਹੈ ਲਗਭਗ 12:30 ਤੱਕ ਜਿਹੜਾ ਹੈ ਸਾਡੇ ਗੁਰੂਆਂ ਵੱਲੋਂ, ਸਾਰੇ ਮਹਾਂਪੁਰਸ਼ਾਂ ਵੱਲੋਂ ਥੋੜ੍ਹੀ ਥੋੜ੍ਹੀ ਦੇਰ ਸ਼ਰਧਾ ਦੇ ਫੁੱਲ ਸਵਾਮੀ ਸੰਤ ਰਾਮ ਮਹਾਰਾਜ ਜੀ ਨੂੰ ਅਰਪਣ ਕੀਤੇ ਜਾਣਗੇ। ਸੋ ਆਪ ਸਾਡੇ ਦਰਸ਼ਨ ਲਾਲ ਜੀ ਜਿਹੜੇ ਕਿ ਇਸ ਦਰਬਾਰ ਦੇ ਵਿੱਚ ਬੜੀ ਸਰੀਰ ਧਨ ਕਰਕੇ ਵੀ ਮਨ ਕਰਕੇ ਵੀ ਡਿਊਟੀ ਨਿਭਾ ਰਹੇ ਹਨ, ਉਹ ਆਪ ਜੀ ਨੂੰ ਸਾਰੇ ਪ੍ਰੋਗਰਾਮ ਦੇ ਬਾਰੇ ਜਾਣੂ ਕਰਵਾਉਣਗੇ। ਬੋਲੀਏ ਬੰਦੀ ਛੋੜ ਮਹਾਰਾਜ ਕੀ ਜੈ। ਸ਼ਬਦ ਸਰੂਪ ਬੰਦੀ ਛੋੜ ਸ੍ਰੀ ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਏਵਮ ਸ਼੍ਰੀ ਜਗਤ ਗੁਰੂ ਬਾਬਾ ਗਰੀਬ ਦਾਸ ਜੀ ਮਹਾਰਾਜ, ਸਤਿਗੁਰਾਂ ਦੇ ਸਾਹਿਬ ਸ਼੍ਰੀ ਗੁਰੂ ਦਰਬਾਰ ਸਾਹਿਬ ਜੀ ਮਹਾਰਾਜ ਜੀਓ, ਸਤਿਗੁਰੂਆਂ ਦੇ ਅਵਤਾਰ, ਸਤਿਗੁਰੂਆਂ ਦੇ ਜੋਤੀ ਸਰੂਪ, ਮੇਰੇ ਬੰਦੀ ਛੋੜ ਸ਼ਹਿਨਸ਼ਾਹ ਹਜ਼ੂਰ ਸਤਿਗੁਰੂ, ਲੋਕ ਪਰਲੋਕ ਦੇ ਸਹਾਈ, ਖੰਡਾਂ ਬਰਵੰਡਾਂ ਦੇ ਮਾਲਕ, ਅੰਮ੍ਰਿਤ ਦੇ ਦਾਤਾ ਧੰਨ ਧੰਨ ਸ਼੍ਰੀ ਸਤਿਗੁਰੂ ਬ੍ਰਹਮ ਸਾਗਰ ਭੁਰੀ ਵਾਲੇ ਮਹਾਰਾਜ ਜੀਓ, ਸਤਿਗੁਰੂਆਂ ਦੇ ਜੋਤੀ ਸਰੂਪ, ਮਹਾਨ ਤਪਸਵੀ ਸ਼ਾਂਤੀ ਦੇ ਪੁੰਜ, ਧੰਨ ਧੰਨ ਸ਼੍ਰੀ ਸਤਿਗੁਰੂ ਸਵਾਮੀ ਸੰਤ ਰਾਮ ਜੀ ਮਹਾਰਾਜ, ਸਤਿਗੁਰੂਆਂ ਦੇ ਜੋਤੀ ਸਰੂਪ, ਪਰਮ ਪੁਰਸ਼ ਪੂਰਨ ਧਨੇ ਮੇਰੇ ਗੁਰਦੇਵ, ਧੰਨ ਧੰਨ ਸ਼੍ਰੀ ਸਤਿਗੁਰੂ ਸਵਾਮੀ ਚਰਨਦਾਸ ਬ੍ਰਹਮਚਾਰੀ ਜੀ ਮਹਾਰਾਜ, ਸਤਿਗੁਰੂਆਂ ਦੇ ਜੋਤੀ ਸਰੂਪ ਮੇਰੇ ਗੁਰਦੇਵ, ਤਾਬੇ ਦੇ ਬਿਰਾਜਮਾਨ ਪਰਮ ਪੂਜਨੀ ਪਰਮ ਆਦਨੀ ਮਿਹਰਬਾਨ ਜੀ ਮਹਾਰਾਜ, ਪਰਮ ਪੂਜਿਆ ਸਵਾਮੀ ਅਮਰਤਾਨੰਦ ਜੀ ਮਹਾਰਾਜ, ਸਤਿਗੁਰੂ ਦੇ ਚਰਨਾਂ ਦੇ ਵਿੱਚ ਦੂਰ ਦੂਰੋਂ ਪਹੁੰਚੇ ਹੋਏ ਸਾਰੇ ਹੀ ਸਤਿਕਾਰਯੋਗ ਪਰਮ ਪੂਜੇ ਮਹਾਂਪੁਰਸ਼ੋ, ਸਤਿਗੁਰ ਦੇ ਚਰਨਾਂ ਦੇ ਜੁੜ ਬੈਠੇ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਸਤਿਗੁਰਾਂ ਦੀ ਅੱਜ 47ਵੀਂ ਬਰਸੀ ਹੈ, ਨਿਰਵਾਣ ਦਿਵਸ ਹੈ। ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਪਰਮ ਧਮਸੇ ਨੇ ਪੂਰੇ ਸੰਖੇਪ ਦੇ ਵਿੱਚ ਗੁਰੂ ਮਹਾਰਾਜ ਜੀਆਂ ਦੀ ਜੀਵਨੀ ਬਾਰੇ ਦੱਸਿਆ। ਦਾਸ ਚਾਹੁੰਦਾ ਕਿ ਬਹੁਤਾ ਸਮਾਂ ਨਾ ਲਈਏ, ਸਭ ਤੋਂ ਪਹਿਲਾਂ ਮੈਂ ਆਪਣੇ ਬਾਬਾ ਗੁਰੂ ਜੀ ਮਹਾਰਾਜ ਜੀਆਂ ਨੂੰ, ਗੁਰੂ ਮਹਾਰਾਜ ਜੀਆਂ ਨੂੰ, ਸੰਤ ਅਮਰਨਾਥ ਜੀ ਮਹਾਰਾਜ, ਬ੍ਰਹਮਲੀਲ ਸਵਾਮੀ ਕੇਵਲ ਦਾਸ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਡੰਡਵਤ ਪ੍ਰਣਾਮ ਕਰਦਾ, ਔਰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਭੂਰੀ ਵਾਲੇ ਮਾਲਿਆਂ ਦੀ, ਭੂਰੀ ਵਾਲੇ ਮਾਲਿਆਂ ਦੀ ਪੰਚਾਇਤ ਵੱਲੋਂ ਸਤਿਗੁਰ ਦੇ ਚਰਨਾਂ 'ਚ ਡੰਡਵਤ ਪ੍ਰਣਾਮ। ਨਾ ਕੋਈ ਹੋਣਾ ਮੇਰੇ ਗੁਰੂਦੇਵ ਵਰਗਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ ਮੇਰੇ ਗੁਰੂਦੇਵ ਵਰਗਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ ਮੇਰੇ ਗੁਰੂਦੇਵ ਵਰਗਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ ਮੇਰੇ ਗੁਰੂਦੇਵ ਵਰਗਾ ਜੀ। ਸਾਰਿਆਂ ਦੀ ਜਿਤਨੀ ਵੀ ਸੰਗਤ ਆਈ ਹੈ, ਸਾਰਿਆਂ ਦੇ ਸਤਿਗੁਰਾਂ ਦੀ ਕਿਰਪਾ,
सतगुरु सारिआं नूं ही अपना आशीर्वाद बख्शदे रहिण। महाराज जी दी आग्या दे अनुसार मैं सब तों पहला साडे बहुत ही सत्कारयोग पूजन योग संत बजिंदर सिंह जी महाराज दे चरणां च बेनती करांगा कि वह भी 5 मिनट लई माइक ते हो। सर्व कला समरथ डोलन तेरा राखो प्रभु नानक दे कर हाथ धन धन अचारिया गरीब दास महाराज जी अमृत में बाणी की गोद में बर्म रेष्टी बर्म श्रोत्री 108 चनाई धाम तो पहुंचे मेहरबान साहब जी महाराज अते बड़े सेवा दे पुन निम्रता दे पुन जिन्हां नूं दास धाम बड़ा आशीर्वाद मिलता है जरूर धाम तो पहुंचे अमृतानंद जी महाराज अते संत महापुरुष देखो जेते तौर ते कितनी दूर तो पहुंचे हैं जिन्हां दास दा बहुत आशीर्वाद है स्वामी ज्ञानानंद जी महाराज जिन्हां दे मेरे गुरुदेव नाल साहब प्यार है किड़ी गुरु आके अपन दर्शन दे रहे हैं अते होर एक गद्दी सिंह निम्रता दे पुन सेवा दे पुन जिन्हां नूं दास नूं बहुत आशीर्वाद है स्वामी दर्शनदास जी महाराज उन्हां दे गुर भाई स्वामी रतनदास जी महाराज अते ब्रिट मंडली दे महापुरश गुरु की प्यारी साध संगत सत सहे सत सहे आपट भागे हो तीन दिन तो आचार्य गरीब दास महाराज जी अमृत नहीं बाणी की गोद विच बैठ के अपने जीवन का आनंद मान रहे हो उस तो केड़ा दिन चंगा हो सकता है। इस स्थान ते स्वामी संत रामनाथ जी महाराज जी अपार कृपा है जिन्होंने इतने अपनी जिंदगी बतीत करके तप करके संसारी जीवां का कल्याण किया है कल्याण करके उन्होंने जन्म मरण तो बचाया है उन्हां लोकां नूं बाणी नाल जोड़िया है और जप करना दसिया है सेवा करनी दसी है जिस तरह वो स्वामी दर्शन दास जी वो सेवा निभा रहे हैं। संतां दा संसार ते आउणा कल्याण जीवां दा भला करना उन्हां दा फर्ज हुंदा है जिस तरह किसे दी जोड़ी किस जगह ते है किसे दी जोड़ी किस स्थान ते है जिवें दास दी जोड़ी संतां महापुरशां दी ਮੰਡੀ ਦੀ ਸੇਵਾ ਹੈ ਅਲੱਗ ਅਲੱਗ ਸੇਵਾ ਨਿਭਾ ਰਹੇ ਹਨ ਕਿਉਂ ਉਹਨਾਂ ਦੀ ਧੁਰ ਦਿਖਾ ਤੋਂ ਡਿਊਟੀ ਲੱਗੀ ਹੁੰਦੀ ਹੈ ਮਹਾਂਪੁਰਸ਼ਾਂ ਦਾ ਸੰਸਾਰ ਤੇ ਆਉਣਾ ਜਿੰਨੇ ਵੀ ਜੀਵ ਹੈ ਉਹਨਾਂ ਨੂੰ ਅੰਮ੍ਰਿਤ ਬਾਣੀ ਨਾਲ ਜੋੜਨਾ ਅਤੇ ਉਹਨਾਂ ਦਾ ਭਲਾ ਕਰਨਾ ਉਹਨਾਂ ਦੀ ਸ਼ਕਤੀ ਨੂੰ ਆਪਣੇ ਵਿੱਚ ਵਰਤ ਕੇ ਉਹਨਾਂ ਦਾ ਕਲਿਆਣ ਕਰਨਾ ਫਰਜ਼ ਬਣਦਾ ਹੈ ਜਿਸ ਤਰ੍ਹਾਂ ਜਿੱਥੇ ਬੈਠੇ ਸੰਤ ਜਨ ਭੋਖਾ ਸੁਆਉਂਦਾ ਇੱਥੇ ਦੇਖੋ ਕਿੰਨੇ ਮਹਾਂਪੁਰਸ਼ ਬੈਠੇ ਦਾਸ ਤੋਂ ਪੂਰਾ ਪੰਜਾਬ ਘੁੰਮਦਾ ਹੈ ਆਲ ਇੰਡੀਆ ਜਾਂਦਾ ਹੈ ਪਰ ਇੰਨੇ ਮਹਾਂਪੁਰਸ਼ ਮੈਂ ਕਿਸ ਸਥਾਨ ਤੇ ਨਹੀਂ ਦੇਖੇ ਜਿੰਨੇ ਮਹਾਂਪੁਰਸ਼ ਇਸ ਜਗ੍ਹਾ ਤੇ ਤਪ ਕਰਕੇ ਗਏ ਹਨ ਤੋ ਦਾਸ ਇਹਨਾਂ ਮਹਾਂਪੁਰਸ਼ਾਂ ਦੇ ਉਹਨਾਂ ਆਪਣੇ ਸੰਤਰਾ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਸਾਦਾ ਦੇ ਫੁੱਲ ਭੇਟਦਾ ਹੋਇਆ ਆਪਣੀ ਬਾਣੀ ਨੂੰ ਇੱਥੇ ਬਰਾਬਰ ਦਿੰਦਾ ਹੈ ਦਾਸ ਤੋਂ ਕੋਈ ਵੱਧ ਘੱਟ ਬੋਲਿਆ ਹੋਵੇ ਅੰਮ੍ਰਿਤਮਈ ਬਾਣੀ ਸਾਧ ਸੰਗਤ ਔਰ ਸੰਤ ਮਹਾਂਪੁਰਸ਼ ਬਖਸ਼ਣ ਯੋਗ ਹੈ ਸਤ ਸਹਿ ਸਤ ਸਹਿ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਬਜਿੰਦਰ ਸਿੰਘ ਜੀ ਜੋ ਕਿ ਹਰ ਸਮਾਗਮ ਦੇ ਵਿੱਚ ਆਪਣੀ ਮੰਡਲੀ ਨੂੰ ਨਾਲ ਲੈ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਔਰ ਮੈਂ ਹੁਣ ਚਰਨਾਂ ਦੇ ਵਿੱਚ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਪੂਜਨੀਕ ਕਾਠਗੜ੍ਹ ਤੋਂ ਬਾਬਾ ਸਰਵਨ ਦਾਸ ਜੀ ਉਹਨਾਂ ਦੇ ਉੱਤਰਾਧਿਕਾਰੀ ਸ਼੍ਰੇਸ਼ ਸਵਾਮੀ ਦਿਆਲ ਦਾਸ ਜੀ ਮਹਾਰਾਜ ਕਿ ਉਹ ਵੀ 2 ਮਿੰਟ ਦੇ ਲਈ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ परम ब्रह्मा तस्मै श्री गुरुवे
सात जथा लाभ
ਜਿੰਨਾ ਲਾਭ ਹੋ ਉਤਨੇ ਵੀ ਸੰਤੋਸ਼ ਰੱਖਣਾ ਚਾਹੀਦਾ ਔਰ ਕਦੇ ਵੀ ਕਿਸੇ ਦੇ ਦੋਸਤ ਵੱਲ ਆਪਣੀ ਦ੍ਰਿਸ਼ਟੀ ਨਾ ਜਾਵੇ ਔਰ ਕਿਹਾ ਜਾ ਜੀ ਹੈ ਉਹ ਤੋਂ ਸਾਨੂੰ ਕੋਈ ਮਤਲਬ ਨਹੀਂ ਹੈ। ਮੈਂ ਕਿਹਾ ਜਾ ਹਾਂ ਸਤਿਗੁਰੂ ਮਹਾਰਾਜ ਦਾ ਸਾਨੂੰ ਕਿਹਾ ਗਿਆ ਉਪਦੇਸ਼ ਹੈ, ਅਸੀਂ ਉਪਦੇਸ਼ ਦਾ ਪਾਲਣ ਕਰਨਾ ਹੈ ਕਿਉਂਕਿ ਮਨੁੱਖ ਦੇ ਵਿੱਚ ਇਤਨੇ ਦੋਸ਼ ਹੈ ਤੇ ਆਪਣਾ ਦੋਸ਼ ਦੂਰ ਕਰਨ ਲੱਗ ਗਿਆ ਹੈ ਤੇ ਸ਼ਾਇਦ ਕਿਸੇ ਹੋਰ ਵੱਲ ਦੇਖਣ ਨੂੰ ਉਹਨੂੰ ਲੋੜਾਂ ਨਾ ਪਿਆ ਕਰੇ। ਇਸ ਕਰਕੇ ਆਠੋਂ ਜਥਾ ਲਾਭ ਸੰਤੋਸ਼ਾ ਸਪਨਿਓ ਨਹੀਂ ਦੇਖੇ ਪਰ ਦੋਸ਼ਾ ਨਮਨ ਸਰਲ ਸਭ ਸਨ ਛਲਹੀਨਾ ਮਮ ਭਰੋਸਿ ਹਰ ਸਨ ਦੀਨਾ। ਭਗਵਾਨ ਕਹਿੰਦੇ ਹੀ ਬਿੱਲੀ ਨੌਵੀਂ ਭਗਤੀ ਹੈ ਆਪਣੇ ਸੁਭਾਅ ਨੂੰ ਸਰਲ ਬਣਾ ਕੇ ਰੱਖਣਾ ਚਾਹੀਦਾ ਔਰ ਸੰਸਾਰ ਸੇ ਆਸਾ ਛੱਡ ਕੇ ਪਰਮਾਤਮਾ ਤੋਂ ਆਸਾ ਰੱਖਣਾ ਚਾਹੀਦਾ ਕਿਉਂਕਿ ਭਗਵਾਨ ਕਹਿੰਦੇ ਹੈ ਕਿ ਮੋਰ ਦਾਸ ਕਹਾਈ ਨਰੇ ਆਸਾ ਕਰੇ ਤੇ ਕਹੋ ਕਹਾ ਵਿਸ਼ਵਾਸਾ। ਜੀਵ ਪਰਮਾਤਮਾ ਦਾ ਭਗਤ ਕਹਾਵੇ ਸਤਿਗੁਰੂ ਦਾ ਸੇਵਕ ਕਹਲਾਵੇ ਔਰ ਸੰਸਾਰੀ ਜੀਵਾਂ ਤੋਂ ਆਸਾ ਰੱਖੇ ਉਹਦਾ ਕੀ ਭਰੋਸਾ ਹੈ ਕਿ ਸਤਿਗੁਰੂ ਮਹਾਰਾਜ ਦਾ ਸੇਵਾਦਾਰ ਹੈ ਕਿ ਸੰਸਾਰੀ ਲੋਕਾਂ ਦਾ ਸੇਵਾਦਾਰ ਹੈ। ਇਸ ਕਰਕੇ ਜਿਹਦਾ ਨਾਮ ਜਪੀਏ ਜਿਹਦੇ ਆਸਰੇ ਲਈਏ ਉਹਨਾਂ ਤੋਂ ਸਾਰੇ ਆਪਣੀ ਆਸਾ ਰੱਖੀਏ ਪਰ ਕਹਿੰਦੇ ਮਮ ਭਰੋਸ ਦੀਆਂ ਹਰ ਸ਼ਨ ਦੀਨਾ। ਜੀਵ ਹਮੇਸ਼ਾ ਪਰਮਾਤਮਾ ਤੇ ਭਰੋਸਾ ਰੱਖੇ ਆਪਣੇ ਆਪ ਨੂੰ ਕਦੇ ਦੀਨ ਹੀਨ ਗਰੀਬ ਨਾ ਸਮਝੇ। ਜਦ ਇਹਾ ਦਾ ਸੁਭਾਅ ਜੀਵ ਦਾ ਬਣ ਜਾਇਆ ਕਰਦਾ ਹੈ ਤਾਂ ਜੀਵ ਪਰਮ ਪਰਮਾਤਮਾ ਦਾ ਪਰਮ ਭਗਤ ਹੋ ਜਾਇਆ ਕਰਦਾ ਹੈ। ਜਿਸ ਭਗਤੀ ਖਾਤਿਰ ਸ੍ਰੀ ਕਾਪੂਸੁੰਡੀ ਜੀ ਨੇ ਭਗਵਾਨ ਸ੍ਰੀ ਰਾਮ ਜੀ ਸੇ ਕਿਹਾ ਸੀ ਅਭਿਰਲ ਭਗਤ ਵਿਸੋਧਿਤੋ ਸੁਤ ਪੁਰਾਨ ਜੋਗਾ ਜੇ ਖੋਜਤ ਯੋਗੀ ਸਮੁਨੀ ਪ੍ਰਭੂ ਪ੍ਰਸਾਦ ਕੋ ਪਾਉ। ਇਹ ਭਗਵਾਨ ਦੀ ਭਗਤੀ ਹੈ ਪਰਮਾਤਮਾ ਆਪਣੀ ਕਿਰਪਾ ਕਰਨ ਕਦੇ ਕਿਸੇ ਜੀਵ ਨੂੰ ਮਿਲਿਆ ਕਰਦੀ ਹੈ। ਇਸ ਕਰਕੇ ਉਸੇ ਜੀਵ ਨੂੰ ਮਿਲਦੀ ਹੈ ਜਿਹੜਾ ਜੀਵ ਸੰਤ ਮਹਾਂਪੁਰਸ਼ਾਂ ਦੇ ਚਰਨਾਂ 'ਚ ਹਮੇਸ਼ਾ ਲੱਗਿਆ ਰਹਿੰਦਾ ਹੈ ਉਹਨਾਂ ਦੇ ਬਤਾਏ ਹੋਏ ਮਾਰਗ ਦੀ ਪਾਲਣਾ ਕਰਦਾ ਹੈ ਔਰ ਜਦ ਇਹਾ ਦਾ ਜੀਵ ਦਾ ਸੁਭਾਅ ਬਣ ਜਾਂਦਾ ਹੈ ਉਸ ਜੀਵ ਦਾ ਸੁਭਾਅ ਨਿਰਮਲ ਹੋ ਜਾਂਦਾ ਹੈ। ਨਿਰਮਲ ਹੋ ਜਾਂਦਾ ਹੈ ਭੇਦ ਭਾਵ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਸੇ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਕਬੀਰਾ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪੀਛੇ ਪੀਛੇ ਹਰੀ ਫਿਰੇ ਕਹਿਤ ਕਬੀਰ ਕਬੀਰ। ਜਦ ਜੀਵ ਦੀ ਇਹਾ ਦੀ ਸਥਿਤੀ ਆ ਜਾਂਦੀ ਹੈ ਤਾਂ ਪਰਮਾਤਮਾ ਔਰ ਜੀਵ ਦੀ ਦੂਰੀ ਖਤਮ ਹੋ ਜਾਇਆ ਕਰਦੀ ਹੈ ਅਗਿਆਨਤਾ ਨਸ਼ਟ ਹੋ ਜਾਂਦੀ ਹੈ ਕਿਉਂਕਿ ਬਿਨਾਂ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿਨ ਗੁਰ ਹੋਈ ਕਿ ਗਿਆਨ ਗਿਆਨ ਕੀ ਹੋਈ ਵਿਰਾਗ ਬਿਨ ਗਾਵਹਿ ਵੇਦ ਪੁਰਾਨ ਸੁਖ ਕੇ ਲਹੀ ਹਰਿ ਭਗਤ ਕੀਨੁ। ਬਿਨਾਂ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਬਿਨਾਂ ਗਿਆਨ ਤੋਂ ਵੈਰਾਗ ਉਤਪੰਨ ਨਹੀਂ ਹੁੰਦਾ ਹੈ। ਪਰ ਇਹ ਸਭ ਜਦ ਪਰਮਾਤਮਾ ਦੀ ਕਿਰਪਾ ਹੋ ਤਦੇ ਹੋਇਆ ਕਰਦਾ ਹੈ। ਪਰਮਾਤਮਾ ਦੀ ਕਿਰਪਾ ਤਦੇ ਹੁੰਦੀ ਹੈ ਜਦ ਇਹ ਜੀਵ ਗੁਰੂ ਮਹਾਰਾਜ ਦੇ ਬਚਾਏ ਬਤਾਏ ਵਚਨਾਂ ਦੀ ਪਾਲਣਾ ਕਰਦਾ ਹੈ ਤੇ ਕਹਿੰਦਾ ਭਾਵ ਇਹ ਹੈ ਕਿ ਆਪਾਂ ਸਾਰੇ ਆਏ ਹਾਂ ਅੱਜ ਤਿੰਨ ਦਿਨਾਂ ਤੋਂ ਗੁਰਬਾਣੀ ਦਾ ਪਾਠ ਚੱਲਦਾ ਸੀ ਜਾਪ ਚੱਲਦਾ ਸੀ ਆਪਾਂ ਨੇ ਸਭ ਕੁਛ ਸੁਣਿਆ ਗੁਰੂ ਮਹਾਰਾਜ ਦਾ ਜੋ ਵੀ ਉਪਦੇਸ਼ ਹੈ ਵਚਨ ਆਪਾਂ ਨੂੰ ਮਿਲਿਆ ਆਪਣੇ ਆਪਣੇ ਨਾਲ ਲੈ ਜਾਈਏ ਔਰ ਉਹਦੇ ਅਨੁਸਾਰ ਆਪਣੇ ਜੀਵਨ ਦੀ ਪਾਲਣਾ ਕਰੀਏ ਅਸੀਂ ਬਹੁ ਬੰਧਨ ਤੋਂ ਜ਼ਰੂਰ ਪਾਰ ਹੋ ਜਾਵਾਂਗੇ। ਇਤਨਾ ਕੁਛ ਕਹਿੰਦੇ ਆਪਣੇ ਬਾਣੀ ਪ੍ਰੋਗਰਾਮ ਜੀ ਨੇ ਹਾਂ ਗੋਲ ਬੰਦੀ ਛੋੜ ਮਹਾਰਾਜ ਕੀ ਜੈ। ਬਹੁਤ ਬਹੁਤ ਧੰਨਵਾਦ ਮਹਾਰਾਜ ਜੀਆਂ ਦਾ ਔਰ ਮਹਾਰਾਜ ਜੀਆਂ ਦਾ ਅਸੀਂ ਆਪਣੇ ਟਰਸਟ ਵੱਲੋਂ ਆਪਣੇ ਤੋਂ ਅਭਿਨੰਦਨ ਕਰ ਰਹੇ ਹਾਂ ਕਿ ਮਹਾਰਾਜ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਔਰ ਮੈਂ ਇਸ ਦੇ ਅੱਗੇ ਸਾਡੇ ਬਹੁਤ ਹੀ ਗੁਰੂ ਮਹਾਰਾਜ ਜੀ ਦੇ ਪ੍ਰੇਮੀ ਹਰਿਦੁਆਰ ਤੋਂ ਰਾਮ ਨਿਕੇਤਨ ਹਰਿਦੁਆਰ ਤੋਂ ਸਵਾਮੀ ਧਰਮ ਸੀਏ ਜੀਆਂ ਦੇ
परमशिष स्वामी ज्ञानानंद जी महाराज चरणा च बेनती करते हैं कि महाराज जी आके माइक से दो मिनट लिए महाराज जी अनुसारता के फुल भेट कर और संगत को दर्शन दें। ਗੁਰੂ ਮਹਾਰਾਜ ਜੀ ਦੇ ਨਿਰਮਾਣ ਦਿਵਸ ਤੇ ਸਾਡੇ ਵਿਚਕਾਰ
ਹਲਕੇ ਦੇ MLA ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਸੰਦੋਆ ਸਾਹਿਬ ਔਰ ਉਹਨਾਂ ਦੇ ਸਾਥੀ ਸੁਭਾਸ਼ ਚੌਧਰੀ ਜੀ, ਮੈਂਬਰ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਨਰਿੰਦਰ ਚੌਧਰੀ ਜੀ, ਸੋਹਣ ਲਾਲ ਚੇਟੀ ਸਿਆਸੀ ਸਲਾਹਕਾਰ MLA ਰੋਪੜ, ਗੁਰਨਾਮ ਦਾਸ ਸੰਮਤੀ ਮੈਂਬਰ ਸ਼ਿੰਗਾਰਾ ਸਿੰਘ ਰਾਏਪੁਰ ਔਰ ਸੂਰਜੀਤ ਧੀਮਾਨ ਜੀ। ਔਰ ਇਸਦੇ ਨਾਲ ਹੀ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਕੱਲ੍ਹ ਵੀ ਸਾਡੇ ਵਿਚਕਾਰ ਨਿੱਘੇ ਤੋਂ ਸਾਡੇ ਬਹੁਤ ਹੀ ਪੂਜਨਯੋਗ ਮੌਜੀ ਸਾਹਿਬ ਜੀ, ਉਹਨਾਂ ਨੇ ਵੀ ਸੰਗਤਾਂ ਨੂੰ ਦਰਸ਼ਨ ਦਿੱਤੇ ਸਨ। ਔਰ ਸਾਡੇ ਵਿਚਕਾਰ ਅੱਜ ਵੀ ਤਰਸੇਮ ਲਾਲ ਜੀ ਕਟਾਰੀਆ ਪੱਤਰਕਾਰ ਸਾਹਿਬ, ਜੋ ਕਿ ਗੁਰੂ ਮਹਾਰਾਜਾਂ ਦੇ ਦਰਬਾਰ ਦੀ ਕਾਫ਼ੀ ਸਮੇਂ ਤੋਂ ਸੇਵਾ ਨਿਭਾ ਰਹੇ ਹਨ। ਸੋ ਮੈਂ ਮਹਾਰਾਜ ਜੀ ਦੀ ਆਗਿਆ ਦੇ ਅਨੁਸਾਰ ਸਤਿਗੁਰ ਭੂਰੀ ਵਾਲਿਆਂ ਦੇ ਨਿਰਮਾਣ ਸਥਾਨ ਤੋਂ ਪਹੁੰਚੇ ਹੋਏ ਪਰਮ ਪੂਜਨ ਪਰਮ ਆਦਰਣੀ ਸਵਾਮੀ ਅਮਰਧਾਨਾ ਜੀ ਮਹਾਰਾਜ, ਕਿ ਉਹ ਵੀ ਮਹਾਰਾਜਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਪਰਮ ਪੂਜਿਆ ਸਵਾਮੀ ਅਮਰਧਾਨਾ ਜੀ ਮਹਾਰਾਜ, ਬੋਲੋ ਬੰਦੀ ਛੋੜ ਮਹਾਰਾਜ ਕੀ। ਤੂੰ ਦਾਤਾ ਬਖਸ਼ ਹਾਰ ਬਖਸ਼ ਗੁਨਾਹੀਆਂ ਨੂੰ, ਤੂੰ ਬੋਲਿਆ ਨੀ ਚੱਲ ਇਹ ਵਧੀਆ ਹੋ ਗਿਆ, ਮੈਂ ਆਪਣੀ ਮਰਜ਼ੀ ਕਰੂੰਗਾ ਉਹਨੂੰ ਜਿੰਨਾ ਕੁ ਟਾਈਮ ਲੱਗੂਗਾ, ਪਰ ਇਹ ਆ ਜੇ ਬੋਲ ਪੈਂਦੇ ਫਿਰ ਉਹਦੇ ਦਾਇਰੇ 'ਚ ਰਹਿਣਾ ਪੈਂਦਾ। ਸਾਰੇ ਆਪਣੀ ਹਾਜ਼ਰੀ ਲਵਾਓ, ਜਿਹੜਾ ਨਹੀਂ ਬੋਲੂਗਾ ਉਹਦਾ ਆਇਆ ਵੀ ਸਫਲ ਨਹੀਂ ਹੋਣਾ। ਕਬੀਰ ਆਇਆ ਅਣ ਆਇਆ ਪਿਆ, ਅਜੂਰ ਤਾਂ ਸੰਸਾਰ ਪੜਿਆ ਭੁਲਾਣਾ ਦਾ ਭੁਲਾ ਗਏ ਕੋ ਬੰਦੀ ਹਾਰ, ਆਏ ਤੇ ਅਣ ਆਏ ਕੁਝ ਹੋ ਜਾਗੇ। ਬੋਲੋ ਸਾਰੇ, ਤੂੰ ਦਾਤਾ ਬਖਸ਼ ਹਾਰ ਬਖਸ਼ ਗੁਨਾਹੀਆਂ ਨੂੰ, ਤੂੰ ਦਾਤਾ ਬਖਸ਼ ਹਾਰ ਬਖਸ਼ ਗੁਨਾਹੀਆਂ ਨੂੰ। ਦਰਸਾਏ ਮਾਰਗ ਤੇ ਚੱਲਾਂਗੇ ਤਾਂ
ਸਾਡੇ ਸ਼ਰਧਾ ਦੇ ਫੁੱਲ ਹੋਣਗੇ, ਉਹ ਫੁੱਲ ਚੜ੍ਹਾਉਣ ਨਾਲ ਕੁਛ ਨਹੀਂ ਬਣਨਾ। ਸੋ ਆਓ ਆਪਾਂ ਸ਼ਰਧਾ ਨਾਲ ਸਤਿਗੁਰਾਂ ਨੂੰ ਨਮਸਕਾਰ ਕਰੀਏ, ਡੰਡੋਤ ਕਰੀਏ। ਜੈ ਗੋਪਾਲ ਡੰਡੋਤ ਕਰ, ਪਹਿਲੀ ਪਰ ਪ੍ਰਣਾਮ, ਦੁਆ ਕਰੋ ਦਿਲ ਪਾਕ ਸੇ, ਅਸਲਾ ਅਸਲ ਸਲਾਮ, ਬੋਲੋ ਬੰਦੀ ਛੋੜ ਮਹਾਰਾਜ ਕੀ। ਸੋ ਆਓ ਅੱਜ ਇਸ ਸਮਾਗਮ ਵਿੱਚ ਇੰਨੇ ਮਹਾਂਪੁਰਸ਼ ਪਹੁੰਚੇ ਨੇ। ਮੇਰੇ ਤੋਂ ਪਹਿਲਾਂ ਜੋ ਕਿ ਨਿਰਮਲ ਭੇਖ ਦੇ ਮੰਡਲੀ ਦੇ ਮਾਂ ਮੰਡਲੇਸ਼ਵਰ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਆਪ ਸੰਗਤਾਂ ਨੂੰ ਆਪਣੇ ਅਨਮੋਲ ਵਚਨ ਸੁਣਾਏ ਔਰ ਬਹੁਤ ਹੀ ਸਤਿਕਾਰਯੋਗ ਪੂਜਨੀਕ ਸਵਾਮੀ ਦੇ ਅਰਦਾਸ ਜੀ ਮਹਾਰਾਜ ਜੀਆਂ ਨੇ ਔਰ ਬੰਦੀ ਛੋੜ ਸਾਹਿਬ ਜੀ ਦੀ ਇਸ ਪਾਵਨ ਧਰਤੀ। ਅੱਜ ਮੈਂ ਉਹਨਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਾਂ ਹਰਿਦੁਆਰ ਤੋਂ। ਮੈਨੂੰ ਲੱਗਦਾ ਕਿ ਪਹਿਲਾਂ ਵੀ ਕਿਤੇ ਜ਼ਰੂਰ ਆਏ ਹੋਣਗੇ, ਪਰ ਮੇਰੇ ਹਿਸਾਬ ਨਾਲ ਮੈਂ ਉਹਨਾਂ ਦੀ ਇਸ ਅਸਥਾਨ 'ਤੇ ਪਹਿਲੀ ਵਾਰ ਦਰਸ਼ਨ ਕੀਤੇ। ਧੰਨ ਧੰਨ ਸਵਾਮੀ ਆਨੰਦ ਜੀ ਮਹਾਰਾਜ, ਉਹਨਾਂ ਨੂੰ ਕੋਟਾਨ ਕੋਟ ਨਮਸਕਾਰ ਹੈ ਜੀ। ਆਇਆਂ ਇਸ ਪਾਵਨ ਅਸਥਾਨ 'ਤੇ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਸੰਗਤ ਜੀ, ਅੱਜ ਅਸੀਂ ਦਰਬਾਰ ਵਿੱਚ ਆਏ ਹਾਂ ਕੁਛ ਲੈਣਾ ਹੈ, ਕੁਛ ਲੈਣਾ ਹੈ। ਜੇ ਅਸੀਂ ਆ ਗਏ ਚਲੇ ਗਏ ਪੱਲਾ ਝਾੜ ਕੇ ਤਾਂ ਕੁਛ ਵੀ ਗੱਲ ਆਉਂਦੀ, ਮਿਲੂਗਾ ਕਿਵੇਂ, ਮਿਲੂਗਾ ਕਿਵੇਂ ਸਤਿਗੁਰਾਂ ਨੂੰ। ਨਿਮਰਤਾ ਸਹਿਤ ਨਤਮਸਤਕ ਹੋਵਾਂਗੇ, ਨਿਮਰਤਾ ਮਾਨ ਦੇ ਵਿੱਚ ਹੰਕਾਰ ਦੇ ਵਿੱਚ ਆਵਾਂਗੇ, ਕੁਛ ਨਹੀਂ ਮਿਲਣਾ। ਨਿਮਰਤਾ ਵਿੱਚ ਸਭ ਕੁਛ ਮਿਲ ਜਾਂਦਾ ਹੈ। ਸਤਿਗੁਰ ਤਾਂ ਫਿਰ ਦਾਤੇ ਨੇ, ਉਹ ਦਾਤਾ ਹੈ ਸਤਿਗੁਰ, ਅਸੀਂ ਉਹਦੇ ਕੋਲੋਂ ਬਖਸ਼ਾਣਾ ਹੈ। ਅਨੇਕਾਂ ਜੀਵਨ ਵਿੱਚ ਭੁੱਲਾਂ ਹੋ ਜਾਂਦੀਆਂ ਨੇ, ਪਤਾ ਨਹੀਂ ਕਿੰਨੀਆਂ, ਜੇਤੇ ਅੰਬਰ ਤਾਰਿਆਂ ਤੇਤੇ ਔਗਣ ਮੋਹੇ, ਦਰ ਸੁਲੀ ਸੇ ਤਾਤਮ ਸਤਿਗੁਰ ਤੋਰੀ ਵਿਸ਼ਨੂ ਕੋਏ, ਸਤਿਗੁਰੂ ਹੀ ਨਿਵਾਜ, ਕਿਰਪਾ ਕਰੋ, ਪਤਾ ਨਹੀਂ ਕਿੰਨੇ ਔਗਣ ਨੇ ਮੇਰੇ, ਮਾਫ ਕਰ ਦਿਓ। ਕਾਗਜ਼ ਲੇਖਾ ਜੇ ਕਰੋ ਕਹਾਂ ਪਜਾਓ, ਨਾਥ ਔਗਣ ਮੇਰੇ ਬਖਸ਼ਿਓ, ਸਿਰ ਪਰ ਧਰਿਓ ਹਾਥ। ਸਤਿਗੁਰ ਜੀ ਦਾਤੇ ਨੇ ਬਖਸ਼ਣ ਹਾਰ ਨੇ, ਸਤਿਗੁਰਾਂ ਤੋਂ ਵੱਡਾ ਦੁਨੀਆਂ ਵਿੱਚ ਕੋਈ ਹੈ ਨਹੀਂ। ਸਤਿਗੁਰੂ ਦਾਤੇ ਨੇ, ਉਹ ਸਾਡੇ ਔਗਣ ਬਖਸ਼ਦੇ ਨੇ। ਜੇ ਅਸੀਂ ਕਿਹਾ ਵੀ ਲੇਖਾ ਜੋਖਾ ਸਾਡਾ ਸਹੀ ਕਰ ਦਿਓ ਤਾਂ ਗੱਲ ਨਹੀਂ ਬਣਦੀ, ਫਿਰ ਤਾਂ ਆਪਾਂ ਫਸੇ ਫਸਾਏ ਹਾਂ। ਕਾਗਜ਼ ਲੇਖਾ ਜੇ ਕਰੋ ਕਹਾਂ ਪਜਾਓ, ਕਹਿੰਦੇ ਸਾਡੀ ਵਹੀ ਖਾਤੀ ਖਾਤਾ ਨਾ ਖੋਲਿਓ, ਵਹੀ ਖਾਤਾ ਖੋਲ ਲਿਆ ਤਾਂ ਆਪਾਂ ਕਿਸੇ ਦੂਜੇ ਨੂੰ। ਤਾਂ ਸਤਿਗੁਰੂ ਜੀ ਨੇ ਦਾਵਾ ਕੀਤਾ, ਧਿਆਨ ਦਿਓ, ਸਤਿਗੁਰੂ ਜੀ ਨੇ ਦਾਵਾ ਕੀਤਾ ਕਿ ਇਹ ਪ੍ਰਾਣੀਓ ਧਰਮ ਰਾਏ ਦਰਬਾਰ ਦਈ ਕਬੀਰ ਤਲਾਕ, ਭੁੱਲੇ ਚੁੱਕੇ ਹੰਸ ਕੋ ਪਕੜੋ ਮਤੇ ਕਜਾਕ, ਕਹੇ ਕਬੀਰ ਸੁਣੋ ਧਰਮ ਰਾਇਆ, ਹਮ ਸੰਕੋ ਹੰਸਾ ਪਦ ਪ੍ਰਸਾਦ। ਧਰਮ ਰਾਜ ਖਬਰਦਾਰ, ਜੇ ਮੇਰੇ ਸੇਵਕ ਨੂੰ ਬੁਲਾ, ਜਿਨ ਲੀਨਾ ਹਮਰਾ ਪਰਵਾਨਾ, ਸੋ ਹੰਸਾ ਹਮ ਕੀਏ ਅਮਾਨਾ। ਜਿਹਨੇ ਮੇਰੀ ਸੰਗਤ ਕਰ ਲਈ, ਜਿਹਨੇ ਮੇਰੀ ਸ਼ਰਨ ਲੈ ਲਈ, ਉਹਨੂੰ ਤੈ ਨਹੀਂ ਬੁਲਾਉਣਾ। ਸੰਗਤ ਜੀ, ਸਤਿਗੁਰਾਂ ਦੇ ਬਚਨ ਬਾਣੀ ਦੇ ਸਿੱਧ ਨੇ ਕਿ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਤੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ। ਜੇ ਸਤਿਗੁਰਾਂ ਦੀ ਬਾਣੀ ਨੂੰ ਸਾਕਸ਼ਾਤ ਮੰਨ ਕੇ ਗਿਆਨ ਲੈ ਲਈਏ, ਸ਼ਰਧਾ ਕਰ ਲਈਏ, ਤਾਂ ਸਾਨੂੰ ਜੋ ਬਾਣੀ ਕਹਿੰਦੇ ਉਹੀ ਸਾਡੇ ਨਾਲ ਹੋਣਾ। ਬਾਣੀ ਤੋਂ ਬਾਹਰ ਜਾਵਾਂਗੇ ਤਾਂ ਲੇਖਾ ਦੇਣਾ ਰੇ ਗਣਿਤ, ਲੇਖਾ ਦੇਣਾ ਰੇ ਫਿਰ ਧਰਮ ਰਾਜ ਨੇ ਸਾਡਾ ਲੇਖਾ ਲੈਣਾ। ਜੇ ਬਾਣੀ ਤੋਂ ਬਾਹਰ ਜਾਵਾਂਗੇ, ਗੁਰੂਆਂ ਦੇ ਬਚਨਾਂ ਤੋਂ ਬਾਹਰ ਜਾਵਾਂਗੇ, ਗੁਰੂਆਂ ਦੇ ਬਚਨ ਮੰਨਦੇ ਰਹਾਂਗੇ, ਤਾਂ ਫਿਰ ਧਰਮ ਰਾਜ ਨਹੀਂ ਬੁਲਾ ਸਕਦਾ।
ਨਹੀਂ ਹੈ ਦਾਰਮਦਾਰਾ ਮਾਤੋ ਨਹੀਂ ਹੈ ਦਾਰਮਦਾਰਾ ਇਹ ਵੀ ਲਾਗੂ ਹੋ ਜਾਣਾ ਉਸ ਤਰ੍ਹਾਂ ਮੈਂ ਧਰਮ ਰਾਜ ਲੇਖਾ ਲੇਗਾ ਸਾਰਾ ਇਹ ਫਿਰ ਲਾਗੂ ਹੋਊਗਾ ਜਦੋਂ ਸਤਿਗੁਰਾਂ ਦੀ ਲਾਈਨ ਤੋਂ ਆਊਟ ਚੱਲਾਂਗੇ ਲਾਈਨ ਕਿਹੜੀ ਆਊਟ ਹੈ ਕੀ ਕਰਾਂਗੇ ਜਦੋਂ ਲਾਈਨ ਸਾਡੀ ਆਊਟ ਹੋਊਗੀ ਉਹ ਅਸੀਂ ਕੀ ਕਰਾਂਗੇ ਮਨ ਮਤ ਵਿੱਚ ਆ ਜਾਵਾਂਗੇ ਇੱਕ ਹੁੰਦੀ ਹੈ ਗੁਰਮਤ ਜਿਹੜੀ ਗੁਰੂ ਦੀ ਪ੍ਰਣਾਲੀ ਮੁਤਾਬਕ ਬੰਦਾ ਚੱਲੇ ਉਹ ਸਦਾ ਸੁਖੀ ਰਹਿੰਦਾ ਹੈ ਜਿਹੜਾ ਮਨ ਮਤ ਵਿੱਚ ਆ ਜਾਊਗਾ ਉਹ ਕਦੇ ਨਾ ਕਦੇ ਧੋਖਾ ਖਾਂਦਾ ਹੈ ਮਨ ਮਤ ਵਾਲਾ ਨਹੀਂ ਪਾਰ ਹੋ ਸਕਦਾ ਮਨ ਮਤ ਵਿੱਚ ਕੀ ਕਰਦਾ ਹੈ ਮਨਮਤ ਵਿੱਚ ਕੀ ਕਰਦਾ ਹੈ ਕਾਮ ਕ੍ਰੋਧ ਲੋਭ ਮੋਹ ਸ਼ਤਰੂ ਹੈ ਤੁਮਾਰੇ ਹਰ ਸ਼ੋਗ ਰਾਗ ਦੇਸ਼ ਪਕੜ ਤੂੰ ਨਾ ਮਾਰੇ ਇਹ ਜਿਹੜੇ ਗੁਣ ਹੈ ਇਹ ਗੁਣ ਨਹੀਂ ਵੈਸੇ ਔਗਣ ਹੈ ਮੈਂ ਦੱਸ ਰਿਹਾ ਵੀ ਇਹ ਜੀ ਦੇ ਅੰਦਰ ਆ ਗਏ ਵਸ ਗਏ ਕਾਮੀ ਹੋ ਗਿਆ ਜੀਵ ਕ੍ਰੋਧੀ ਹੋ ਗਿਆ ਜੀਵ ਲਾਲਚੀ ਹੋ ਗਿਆ ਜੀਵ ਹੰਕਾਰੀ ਹੋ ਗਿਆ ਰਾਗੀ ਹੋ ਗਿਆ ਦਵੇਸ਼ੀ ਹੋ ਗਿਆ ਈਰਸ਼ਾਵਾਦੀ ਹੋ ਗਿਆ ਤਾਂ ਸੰਗਤ ਜੀ ਉਹਨੂੰ ਮਨ ਮਤ ਦੇ ਵਿੱਚ ਗਿਣਿਆ ਜਾਂਦਾ ਹੈ ਮਨ ਮਤ ਦੇ ਵਿੱਚ ਉਹ ਮਨ ਮਤਿਆ ਹੋ ਜਾਂਦਾ ਇਸ ਕਰਕੇ ਆਓ ਮੈਂ ਸਮਾਂ ਜ਼ਿਆਦਾ ਨਹੀਂ ਲਾਣਾ ਸਤਿਗੁਰੂ ਜੀ ਦਾ ਬਚਨ ਹੈ ਕਿ ਸ਼ਬਦ ਹਮਾਰਾ ਸਾਚ ਹੈ ਔਰ ਊਂਟ ਕੀ ਬਾਰੀ ਰੇ ਧੂਮੇ ਕੇ ਸਾਥ ਹੋਲ ਹਰ ਕਿਉਂ ਲੋਕ ਚਲਾਈਏ ਐ ਪ੍ਰਾਣੀਓ ਮੇਰੇ ਸ਼ਬਦ ਨੂੰ ਮੰਨ ਲਓ ਇਹ ਸੱਚ ਹੈ ਬਾਕੀ ਸਾਰਾ ਊਂਟ ਕੀ ਬਾਰੀ ਰੇ ਊਂਟ ਜੀ ਨੇ ਦੇਖਿਆ ਉਹਨੂੰ ਪਤਾ ਹੈ ਸਰਦੀਆਂ ਨੂੰ ਵਿਹਲਾ ਕਰ ਦਿੰਦੇ ਆ ਹਲਦੀ ਜੋੜਦੇ ਕੰਮ ਨਹੀਂ ਲੈਂਦੇ ਉਹ ਤੋਂ ਫਿਰ ਉਹ ਗਾਲੀ ਕਰਦਾ ਗੁਰਲ ਗੁਰਲ ਕਰਕੇ ਇੰਨਾ ਸਾਰਾ ਬਾਹਰ ਕੱਢ ਲੈਂਦਾ ਸੰਗਤ ਜੀ ਉਹਦਾ ਕੋਈ ਅਰਥ ਨਹੀਂ ਹੁੰਦਾ ਡਰ ਜਾਂਦਾ ਬੰਦਾ ਦੇਖ ਕੇ ਕਿਤੇ ਖਾਣ ਨਾ ਆਵੇ ਉਹਦਾ ਕੋਈ ਅਰਥ ਨਹੀਂ ਹੁੰਦਾ ਧੂਮੇ ਕੇਸਾ ਦੋਲ ਹਰ ਤਿਉਂ ਲੋਕ ਚਲਾਈਏ ਇਹ ਸੰਸਾਰ ਸਾਰਾ ਧੂਮੇ ਦਾ ਬੱਦਲ ਹੈ ਕਹਿੰਦੇ ਸਾਡਾ ਸੱਚ ਹੈ ਤਾਂ ਸ਼ਬਦ ਹੈ ਉਹ ਸ਼ਬਦ ਨਾਲ ਜੁੜੋ ਸ਼ਬਦ ਨਾਲ ਜੁੜੋ ਸ਼ਬਦ ਕਿਹੜਾ ਹੈ ਸ਼ਬਦ ਹੈ ਸਤਿਗੁਰ ਜੀ ਦਾ ਜਿਸ ਨੂੰ ਆਪਾਂ ਸਾਰ ਨਾਮ ਬੰਦੀ ਛੋੜ ਸਾਹਿਬ ਕਬੀਰ ਸਾਹਿਬ ਜੀ ਤੋਂ ਚੱਲਿਆ ਆਇਆ ਸੋਹਮ ਸੋਹਮ ਧੁਨ ਲੱਗੇ ਦਰਦ ਬਨ ਦਿਲ ਮਾਹੇ ਸਤਿਗੁਰ ਪਰਦਾ ਕੋਲ ਹੀ ਪਰਾ ਲੋਕ ਲੈ ਜਾਏ ਸਤਿਗੁਰ ਜੀ ਜਾਪ ਕਰਨ ਵਾਲੇ ਨੂੰ ਕਹਿੰਦੇ ਅਮਰ ਲੋਕ ਲੈ ਜਾਂਦੇ ਨੇ ਗੁਰੂ ਦੇ ਮੁਖ ਤੋਂ ਲੈ ਕੇ ਸਿਮਰਨ ਕਰਨਾ ਚਾਹੀਦਾ ਹੈ ਤੇ ਸਤਿਗੁਰ ਸਾਨੂੰ ਕਿੱਥੇ ਐਸਾ ਸਤਿਗੁਰ ਹਮ ਮਿਲਿਆ ਭੌਸਾ ਕਰਕੇ ਬੀਚ ਖੇਵਟ ਸੰਪੂਰਨ ਖੇਵਤਾ ਕਿਆ ਉੱਤਮ ਕਿਆ ਨੀਚ ਸਤਿਗੁਰ ਜੀ ਦੇ ਦਰਬਾਰ ਚ ਕੋਈ ਉੱਚਾ ਨੀਵਾਂ ਵੱਡਾ ਛੋਟਾ ਜਾਤ ਪਾਤ ਉੱਚੇ ਕੁਛ ਨਹੀਂ ਹੈ ਸਤਿਗੁਰ ਜੀ ਦੇ ਦਰਬਾਰ ਵਿੱਚ ਕੌਣ ਉੱਚ ਕੌਣ ਨੀਚ ਹੈ ਚੜ ਨਾਮ ਨਿਵਾਰੇ ਗਰੀਬ ਦਾਸ ਆਜਿਜ ਤਰੇ ਬੁੱਢੇ ਬੱਟ ਪਾਰੇ ਸਤਿਗੁਰ ਜੀ ਲਲਕਾਰ ਕੇ ਕਹਿੰਦੇ ਨੇ ਅਸੀਂ ਬੜੇ ਛੋਟਿਆਂ ਦੇ ਉਸ ਚ ਵੜ ਗਏ ਮੈਂ ਬੜਾ ਹਾਂ ਮੈਂ ਛੋਟਾ ਹਾਂ ਜਿਹੜੀ ਆ ਜਾਤ ਹੈ ਇਹਦਾ ਇਸ ਬਰਾਦਰੀ ਦਾ ਹੈ ਇਹ ਇਸ ਧਰਮ ਦਾ ਹੈ ਧਰਮ ਕਿੰਨੇ ਕਹਿੰਦੇ ਧਰਮ ਦਾ ਹੀ ਪਤਾ ਸਾਨੂੰ ਪੱਕਾ ਦੇ ਫਲਾਨਾ ਧਰਮ ਤੇ ਮੁਕਾ ਧਰਮ ਅਮੁਕਾ ਧਰਮ ਧਰਮ ਦਾ ਇੱਕੋ ਹੀ ਹੈ ਧਰਮ ਕਿਹਨੂੰ ਕਹਿੰਦੇ ਮਜ਼ਹਬ ਕਿਹਨੂੰ ਕਹਿੰਦੇ ਪੰਥ ਕਿਹਨੂੰ ਕਹਿੰਦੇ ਪਹਿਲਾਂ ਤਾਂ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਅਸੀਂ ਪੰਥਾਂ ਵਿੱਚ ਵੰਡੇ ਹੋਏ ਸਤ ਸੰਗਤ ਜੀ ਹੁਣੇ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਸਤਿਗੁਰਾਂ ਦਾ ਉੱਚਾ ਸੁੱਚਾ ਪੰਥ ਹੈ ਔਰ ਮੈਂ ਬਹੁਤ ਵਾਰੀ ਸਟੇਜ ਤੇ ਕਹਿਣਾ ਹੁੰਦਾ ਕਿ ਸਾਡੇ ਸਤਿਗੁਰਾਂ ਨੇ ਇੱਕੋ ਇੱਕ ਬੰਦੀ ਛੋੜ ਸਾਹਿਬ ਗਰੀਬ ਦਾਸ ਜੀ ਨੇ 48 ਘੰਟੇ ਦੀ ਬਾਣੀ ਕੱਲਿਆਂ ਨੇ ਰਚਨਾ ਕੀਤੀ ਕੱਲਿਆਂ ਨੇ ਰਚਨਾ ਕੀਤੀ 48 ਘੰਟੇ ਦੀ ਬਾਣੀ ਤੁਸੀਂ ਦੇਖੋਗੇ ਕਿ ਗ੍ਰੰਥ ਜਿੰਨੇ ਨੇ ਜਿੰਨੀਆਂ ਬਾਣੀਆਂ ਨੇ ਭਗਤਾਂ ਦੀਆਂ ਭੱਟਾਂ ਦੀਆਂ ਰਲ ਮਿਲ ਕੇ ਬਾਣੀ ਦਾ ਗ੍ਰੰਥ ਤਿਆਰ ਹੋਇਆ ਕਬੀਰ ਸਾਹਿਬ ਜੀ ਨੇ ਇੰਨੀ ਬਾਣੀ ਕੀਤੀ ਜਿਹਦਾ ਕੋਈ ਅੰਤ ਨਹੀਂ ਸਾਡਾ ਜਿਹੜਾ ਪੰਥ ਹੈ
ਇਕਤਾ ਨਹੀਂ ਹੈ ਪਰ ਕੁਛ ਸਿਸਟਮ ਐਸਾ ਬਣ ਜਾਂਦਾ ਕਿ ਪੰਥਾਂ ਦੇ ਵਿੱਚ ਜੋ ਕੁਛ ਹੋਣਾ ਚਾਹੀਦਾ ਉਹਦੇ ਚ ਕਈ ਵਾਰ ਕੋਈ ਤਰੁਟੀ ਰਹਿ ਜਾਂਦੀ ਹੈ ਅਸੀਂ ਆਪਣੇ ਆਪ ਚ ਰਹਿ ਜਾਂਦੇ ਹਾਂ ਪਰ ਪੰਥ ਬਹੁਤ ਵੱਡਾ ਹੈ ਬਹੁਤ ਤਗੜੀ ਤਾਕਤ ਇਸ ਪੰਥ ਕੋਲ ਇਹ ਬਾਣੀ ਨੂੰ ਜਿਹੜਾ ਸ਼ਬਦ ਨਿਵਾਸ ਆਕਾਸ਼ ਬਾਣੀ ਜੋ ਸਤਿਗੁਰ ਦਾ ਰੂਪ ਹੈ ਚੰਦ ਸੂਰਮੀ ਪਵਨ ਬਾਣੀ ਸਾਡਾ ਛਾਇਆ ਰੂਪ ਹੈ ਇਹ ਸ਼ਬਦ ਸਤਿਗੁਰਾਂ ਦੀ ਬਾਣੀ ਹੈ ਮੈਨੂੰ ਟਾਈਮ ਦਾ ਤੁਸੀਂ ਦੱਸਿਆ ਨੀ ਰਾਤ ਦੇ ਵੀ ਬਾਕੀ ਮੇਰੇ ਦੱਸ ਦਿਨ ਠੀਕ ਹੈ ਪਰ ਮੈਂ ਸਮਾਪਤੀ ਕਰਦਾ ਕੋਈ ਗੱਲ ਨੀ ਹੁਣ ਸਮਾਪਤੀ ਕਰਦੇ ਰਾਤ ਵਾਲੇ ਮੇਰੇ ਬਾਕੀ ਪਏ ਤੇ ਮੈਂ ਸਟੇਜ ਤੇ ਗਿਆ ਨੀ ਥੱਕਿਆ ਹੋਇਆ ਸੀ ਮਹਾਰਾਜ ਜੀ ਦਰਸ਼ਨਦਾਰ ਜੀ ਕਹਿੰਦੇ ਆਏ ਨੀ ਤੁਸੀਂ ਮੈਂ ਕਿਹਾ ਮੈਂ ਸੌਂ ਗਿਆ ਦੋ ਤਿੰਨ ਥਾਈ ਦਿਨੇ ਗਿਆ ਸਾਰੀ ਜਗ੍ਹਾ ਘੰਟਾ ਦੋ ਘੰਟੇ ਬੋਲਣਾ ਪੈਂਦਾ ਸਤ ਸੰਗਤ ਜੀ ਆਓ ਫਿਰ ਵੀ ਲਿਮਿਟ ਵਿੱਚ ਆ ਜਾਈਏ ਆਪਾਂ ਸਮਾਪਤੀ ਵੱਲ ਆ ਜਾਈਏ ਇੱਕ ਤਾਂ ਮੈਂ ਮੇਰਾ ਗੁੱਸਾ ਨਾ ਕਰੂ ਬੁਲਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਦੇਖਾ ਦੇਖੀ ਤੁਸੀਂ ਇੱਕ ਦੂਏ ਦੀ ਪੂਛ ਫੜ ਕੇ ਬੋਲਣ ਲੱਗ ਜਾਂਦੇ ਹੋ ਸਾਹਿਬ ਸਤਿਗੁਰ ਬੰਦੀ ਛੋੜ ਗਰੀਬ ਦਾਸ ਜੀ ਮਹਾਰਾਜ ਦੇ ਅੱਗੇ ਜਿਹੜਾ ਬਾਬਾ ਸ਼ਬਦ ਲਾਣਾ ਮੈਂ ਉਹ ਬਹੁਤ ਵਾਰੀ ਕਹਿੰਦਾ ਹੁੰਦਾ ਕਿ ਬਾਬਾ ਗਰੀਬ ਦਾਸ ਇੱਕ ਛੋਟਾ ਜਿਹਾ ਸ਼ਬਦ ਹੋ ਗਿਆ ਉਹ ਦੁਨੀਆਂ ਦੇ ਮਾਲਕ ਉਹ ਕਬੀਰ ਦੇ ਅਵਤਾਰ ਉਹੀ ਬੰਦੀ ਛੋੜ ਭੂਰੀ ਵਾਲੇ ਆਏ ਸਾਹਿਬ ਸੰਤ ਔਰ ਅਵਤਾਰਾ ਤੀਨ ਕਲਾਏ ਕੇ ਦਰਬਾਰਾ ਇਹ ਬਾਬਾ ਸ਼ਬਦ ਜਿਹੜਾ ਹੈ ਇਹ ਸਾਡੇ ਵਰਗਿਆਂ ਦੇ ਮੋਹਰੇ ਤਾਂ ਲਾ ਲਓ ਕੋਈ ਗੱਲ ਨਹੀਂ ਪਰ ਬੰਦੀ ਛੋੜ ਸਾਹਿਬ ਜਗਤ ਗੁਰੂ ਆਚਾਰੀ ਸ੍ਰੀ ਗਰੀਬ ਦਾਸ ਜੀ ਮਹਾਰਾਜ ਜੀ ਦੇ ਨਾਮ ਤੇ ਬੁਲਾਇਆ ਕਰੋ ਉਹਨਾਂ ਦਾ ਬਹੁਤ ਵੱਡਾ ਕਿਉਂਕਿ ਉਹ ਇੱਕ ਤਾਕਤ ਹੈ ਜਿਸ ਨੂੰ ਤਾਕਤ ਕਹਿੰਦੇ ਦੁਨੀਆਂ ਨੂੰ ਚਲਾਉਣ ਵਾਲੀ ਤਾਕਤ ਹੈ ਬਾਬਾ ਤਾਂ ਸਾਡੇ ਘਰ ਵਿੱਚ ਵੀ ਹੁੰਦਾ ਸਾਡਾ ਇਹ ਗੱਲ ਬਹੁਤ ਸਟੇਜਾਂ ਤੇ ਰੋਕਦਾ ਮੈਂ ਵੀ ਇਹ ਸ਼ਬਦ ਨਹੀਂ ਕਹਿਣਾ ਸਾਰੇ ਬੰਦੀ ਛੋੜ ਸਾਹਿਬ ਜਗਤ ਗੁਰੂ ਆਚਾਰੀ ਗਰੀਬ ਦਾਸ ਜੀ ਮਹਾਰਾਜ ਇੰਨਾ ਵੱਡਾ ਨਾਂ ਹੈ ਔਰ ਇਹ ਜ਼ਬਾਨ ਤੋਂ ਅਸੀਂ ਜਿੰਨਾ ਵੱਡਾ ਨਾਂ ਉਹ ਲੈ ਹੀ ਨਹੀਂ ਸਕਦੇ ਜ਼ਬਾਨ 'ਚ ਤਾਕਤ ਹੀ ਹੈਗੀ ਸਾਡੀ ਸਕਲ ਸਮੁੰਦਰ ਦੀ ਮਸੀ ਕਰੂੰ ਕਲਮ ਕਰੂੰ ਬਣ ਬੀਨ ਔਰ ਧਰਣੀ ਦਾ ਕਾਗਜ਼ ਕਰੂੰ ਹਰ ਗੁਣ ਅਗਮੀ ਚੀਨ ਉਹਨਾਂ ਦੀ ਮਹਿਮਾ ਕਿਤੇ ਗਾ ਲਿਆਂਗੇ ਨਹੀਂ ਗਾ ਸਕਦੇ ਸੋ ਆਓ ਹੁਣ ਸਟੇਟ ਸੈਕਟਰੀ ਅੱਗੇ ਦੀ ਅੱਗੇ ਇਸ਼ਾਰੇ ਕਰਨ ਲੱਗੇ ਇਹਨਾਂ ਨੇ ਕਿਹਾ ਕਮਲਾ ਲੱਗਿਆ ਤਾਂ ਲੱਗਿਆ ਹੀ ਰਹੂਗਾ ਪਤਾ ਨੀ ਮੈਂ ਜੋ ਅੱਖਾਂ ਬੰਦ ਕਰ ਲਾ ਫਿਰ ਵੀ ਦੋ ਘੰਟੇ ਹੱਟਦਾ ਮੈਂ ਪਰ ਅੱਖਾਂ ਮੈਂ ਤਾਹੀਓਂ ਬੰਦ ਨਹੀਂ ਕਰਦਾ ਵੀ ਹੁਣ ਮੈਂ ਖੋਲ ਕੇ ਅੱਖਾਂ ਬੋਲਣਾ ਤਾਂ ਕਿ ਮੈਨੂੰ ਘੜੀ ਨਜ਼ਰ ਆਉਂਦੀ ਰਹੇ ਤਾਂ ਮੈਨੂੰ ਜਿਹੜੇ ਹੈ ਹੁਣ 13 ਮਿੰਟ ਹੋਏ ਬੋਲ ਦੇ ਨੂੰ ਠੀਕ ਹੈ ਕੋਈ ਗੱਲ ਨੀ ਮੈਂ ਹੁਣ ਸਮਾਪਤੀ ਕਰ ਦਿੰਦਾ ਇੰਨੇ ਸ਼ਬਦਾਂ ਨਾਲ ਸਟੇਟ ਸੈਕਟਰੀ ਸਾਹਿਬ ਮਾਫ਼ੀ ਦਿਓ ਅੱਗੇ ਤੋਂ ਮੈਨੂੰ ਟਾਈਮ ਸੋਚ ਕੇ ਦਿਆ ਕਰਿਓ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਮੈਂ ਇੱਥੇ ਆਇਆ ਤੋਂ ਸਾਰੀ ਸੰਗਤ ਨੂੰ ਕਹਿਣਾ ਬੰਦੀ ਛੋੜ ਦੇ ਦਰਬਾਰ ਚ ਆਪਣੀ ਹਾਜ਼ਰੀ ਲਵਾਇਆ ਕਰੋ ਇਹ ਧੰਨ ਧੰਨ ਸਵਾਮੀ ਦਰਸ਼ਨ ਦਾਸ ਜੀ ਮਹਾਰਾਜ ਜੀ ਸਾਡੇ ਗੁਰ ਭਾਈ ਬਹੁਤ ਹੀ ਸਤਿਕਾਰਯੋਗ ਇਹ ਸੰਗਤਾਂ ਨੂੰ ਸੰਭਾਲਦੇ ਨੇ ਬੜੇ ਪਿਆਰ ਵਾਲੇ ਸਾਧੂ ਨੇ ਹਾਜ਼ਰੀ ਲਾਇਆ ਕਰੋ ਸਤਿਗੁਰਾਂ ਦੇ ਦਰਬਾਰ ਚ ਅਸ਼ਟਮੀ ਨੂੰ ਤ੍ਰੋਦਸੀ ਨੂੰ ਹੋਰ ਵੀ ਜਿਹੜਾ ਪਰਬ ਮੰਨਦਾ ਆਇਆ ਕਰੋ ਜੇ ਸਾਹਿਬ ਦਾ ਦਰਬਾਰ ਹੈ ਸਾਰਿਆਂ ਨੇ ਹੁਣ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਗੱਜ ਕੇ ਸਾਰੇ ਆਖੋ ਸਾਧ ਸਾਹਿਬ ਬਹੁਤ ਬਹੁਤ ਧੰਨਵਾਦ ਪਰਮ ਪੂਜੇ ਮਹਾਰਾਜ ਜੀ ਦਾ ਮਹਾਰਾਜ ਜੀ ਨੂੰ ਮੈਂ ਬੇਨਤੀ ਕਰਦਾ ਕਿ ਮੈਂ ਆਪਣੇ ਆਪ ਨੂੰ ਛੋਟਾ ਸਮਝ ਕੇ ਰੱਬ ਜੀ ਦਾ ਟਾਈਮ ਬਰਨ ਨਹੀਂ ਕੀਤਾ ਕਿਉਂਕਿ ਰਾਜਨੀਤਿਕ ਬੁਲਾਰੇ ਤਾਂ ਅਸੀਂ ਟਾਈਮ ਬਰਨ ਕਰ ਸਕਦੇ ਹਾਂ ਮਹਾਰਾਜ ਜੀ ਦਾ ਜੋ ਨਿਰਮਾਣ ਸਥਾਨ ਹੈ ਬਹੁਤ ਹੀ ਸ਼ਰਧਾਵਾਨ ਸਤਿਗੁਰਾਂ ਦਾ ਸਥਾਨ ਹੈ ਔਰ ਮੈਂ ਪਹਿਲਾਂ ਤੋਂ ਦੇਖਦਾ ਆ ਰਿਹਾ ਕਿ ਗੁਰੂ ਮਹਾਰਾਜ ਜੀ ਦਾ ਪਿਆਰ ਪਰਮ ਪੂਜਿਆ ਮਹਾਰਾਜ ਜੀ ਵਿਦਿਆਨੰਦ ਜੀ ਮਹਾਰਾਜ ਜੀ ਦੇ ਨਾਲ ਔਰ ਆਪ ਜੀ ਦੇ ਨਾਲ ਮੇਰੇ ਗੁਰੂ ਮਹਾਰਾਜ ਜੀ ਦਾ ਪਿਆਰ ਜੋ ਹੈ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਸਾਰਿਆਂ ਸੇਵਕਾਂ ਦੀ ਭੁੱਖ ਉਤਰਦੀ ਹੈ ਮਹਾਰਾਜ ਜੀ ਨੇ ਇਸ ਕਰਕੇ ਤੁਹਾਡਾ ਟਾਈਮ ਬਰਨ ਨਹੀਂ ਕੀਤਾ ਬਾਕੀ ਜੋ ਆਪ ਜੀ ਨੇ ਇਸ਼ਾਰਾ ਕੀਤਾ ਅਸੀਂ ਧਿਆਨ
ਔਰ ਇਸ ਦੇ ਨਾਲ ਹੀ ਮੈਂ ਮਹਾਰਾਜ ਜੀ ਦੀ ਆਗਿਆ ਦੇ ਅਨੁਸਾਰ ਸਾਡੇ ਸਿੱਧ ਪੀਠ ਸ੍ਰੀ ਸ਼ਰਾਣੀ ਸਾਹਿਬ ਧਾਮ ਤੋਂ ਆਏ ਹੈ ਪਰਮ ਪੂਜਨਕ ਪਰਮ ਆਦਰਣੀਏ ਮਹਾਰਾਜ ਜੀ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਸੰਗਤਾਂ ਨੂੰ ਅਸ਼ੀਰਵਾਦ ਦੇਣ ਪਰਮ ਪੂਜੇ ਮਹਾਰਾਜ ਜੀ ਸ਼ਰਣਾ ਪੁਰਸ਼ ਕਬੀਰਤਾ ਸਭ ਸੰਤਨ ਕੀ ਓਟ ਗਰੀਬ ਦਾਸ ਰਕਸ਼ਾ ਕਰੇ ਕਬਹੁ ਨ ਲਾਗੇ ਚੋਟ ਪੂਰਨ ਬ੍ਰਹਮ ਕਿਰਪਾ ਨਿਧਾਨ ਸੁਣ ਕੇ ਸੋ ਕਰਤਾਰ ਗਰੀਬ ਦਾਸ ਮੁਜਲੀ ਰੱਖਿਓ ਬਹੁਤ ਸਭਾ ਬਿਨਾ ਧਨੀ ਦੀ ਬੰਦਗੀ ਸੁਖ ਨਹੀਂ ਤੀਨੋ ਲੋਕੇ ਚਰਨ ਕਮਲ ਕੇ ਧਿਆਨ ਸੇ ਗਰੀਬ ਦਾਸ ਸੰਤੋਸ਼ ਬੋਲੀਏ ਬੰਦੀ ਛੋੜ ਮਹਾਰਾਜ ਕੀ ਜੈ ਆਜ ਬਹੁਤ ਭਾਗਸ਼ਾਲੀ ਦਿਵਸ ਹੈ ਸਥਾਨ ਬਹੁਤ ਹੀ ਜ਼ਿਆਦਾ ਪਵਿੱਤਰ ਸ਼੍ਰੀ ਰਾਮਪੁਰ ਧਾਮ ਸਤਿਗੁਰ ਬ੍ਰਹਮ ਸਾਗਰ ਧੂਰੀ ਵਾਲੇ ਮਹਾਰਾਜ ਜੀ ਦਾ ਹੀ ਅਵਤਾਰ ਸਥਾਨ ਮਹਾਂਪੁਰਸ਼ੋਂ ਕਾ ਸਮਾਗਮ ਬੰਦੀ ਛੋੜ ਗਰੀਬ ਦਾਸ ਸਾਹਿਬ ਦੀ ਬਾਣੀ ਕੇ ਅਖੰਡ ਪਾਠੋਂ ਕਾ ਸਮਾਗਮ ਲਾਡਲੀ ਪਿਆਰੀ ਸੰਗਤ ਕਾ ਇਕਜੁੱਟ ਹੋਣਾ ਅਖੰਡ ਅਖੰਡ ਭੰਡਾਰੇ ਕਾ ਸੰਚਾਲਿਤ ਹੋਣਾ ਔਰ ਸਭਸੇ ਬੜੀ ਬਾਤ ਪਰਮ ਪੂਜਨੀਏ ਸਵਾਮੀ ਸੰਤ ਰਾਮ ਮਹਾਰਾਜ ਜੀ ਦੇ ਪ੍ਰਤੀ ਭਗਤ ਜਨੋ ਕੇ ਅੰਦਰ ਉਮੜਾ ਹੁਆ ਪਿਆਰ ਹੈ ਜੋ ਪ੍ਰਤਿਸ਼ ਦਿਖਾਈ ਦੇਤਾ ਹੈ ਮੇਰੇ ਸੇ ਪੂਰਵ ਵਕਤਾ ਨੇ ਕਿਹਾ ਕਿ 13 ਮਿੰਟ ਜਾਂ 15 ਮਿੰਟ ਮੈਂ ਸਮੇਂ ਸੀਮਾ ਮੇ ਨਹੀਂ ਆਤਾ ਹੂੰ 5 ਮਿੰਟ ਮੇ ਮੈਂ ਆਪਣਾ ਵਕਤਵਯ ਦੇ ਰਹਾ ਹੂੰ ਸੰਸਾਰ ਕੇ ਅੰਦਰ ਬਹੁਤ ਸੀ ਦੁਰਲਭ ਵਸਤੂਏ ਹੈ ਦੁਰਲਭ ਕਸ਼ਣ ਆਤੇ ਹੈ ਔਰ ਵੀ ਬਹੁਤ ਕੁਛ ਦੁਰਲਭ ਹੈ ਲੇਕਿਨ ਕਿਆ ਕੋਈ ਐਸੀ ਵਸਤੂ ਐਸੀ ਭਾਵਨਾ ਐਸਾ ਪਦਾਰਥ ਕੋਈ ਐਸਾ ਤਰੀਕਾ ਹੈ ਕਿ ਜਿਸ ਕਿਸੀ ਕੇ ਦਰਸ਼ਨ ਮਾਤਰ ਸੇ ਏਕ ਸੁਖ ਨਹੀਂ ਦੋ ਸੁਖ ਨਹੀਂ ਹਜ਼ਾਰ ਸੁਖ ਨਹੀਂ ਅਨੰਤ ਸੁਖੋ ਕੀ ਉਤਪਤੀ ਹੋਤੀ ਅਮਰ ਆਪ ਲੋਕ ਜਵਾਬ ਨਹੀਂ ਦੇ ਪਾਤੇ ਲੇਕਿਨ ਬੰਦੀ ਛੋੜ ਗਰੀਬ ਦਾਸ ਸਾਹਿਬ ਨੇ ਆਪਣੀ ਬਾਣੀ ਵਿੱਚ ਲਿਖਾ ਹੈ ਕਿ ਜਿਨ ਮਿਲ ਤੇ ਸੁਖ ਉਪਜੇ ਜਿਨ ਮਿਲ ਤੇ ਸੁਖ ਉਪਜੇ ਮੇਟੇ ਕੋਟੇ ਉਪਾਦੇ ਜਿਸਕੇ ਦਰਸ਼ਨ ਮਾਤਰ ਸੇ ਸਭ ਪ੍ਰਕਾਰ ਕੇ ਦੁੱਖ ਆਦਿ ਵਿਆਧੀ ਸੰਤਾਪ ਸਮਾਪਤ ਹੋਣੇ ਸ਼ੁਰੂ ਹੋ ਜਾਏ ਔਰ ਅਨੰਤ ਸੁਖ ਦੀ ਉਤਪਤੀ ਹੋਣੀ ਪ੍ਰਾਰੰਭ ਹੋ ਜਾਏ ਤੋ ਉਹ ਕੌਣ ਹੈ ਕਿ ਜਿਨ ਮਿਲ ਕੇ ਸੁਖ ਉਪਜੇ ਮੇਟੇ ਕੋਟੇ ਉਪਾਦੇ ਭਵਨ ਚਤੁਰ ਦਸ ਢੂੰਡੀਏ ਪਰਮ ਸਨੇਹੀ ਸਾਦੇ ਉਹ ਸੰਤ ਹੈ ਔਰ ਆਜ ਜਿਨ ਕਾ ਹਮ ਜ਼ਿਕਰ ਕਰ ਰਹੇ ਹੈ ਜਿਨ ਕੋ ਸ਼ਰਧਾ ਸੁਮਨ ਅਰਪਿਤ ਕਰ ਰਹੇ ਹੈ ਜਿਨ ਕੀ 47ਵੀਂ ਬਰਸੀ ਕੇ ਉਪਲਕਸ਼ ਮੇ ਹਮ ਆਪਣੇ ਭਾਵ ਪ੍ਰਗਟ ਕਰਨੇ ਆਏ ਹੈ ਉਨਕਾ ਨਾਮ ਹੈ ਪਰਮ ਪੂਜੇ ਸਵਾਮੀ ਸੰਤ ਰਾਮ ਜੀ ਸੰਤ ਵੀ ਔਰ ਰਾਮ ਵੀ ਕਿਉਂ ਹੈ ਉਹ ਕਿਉਂਕਿ ਉਨਕੇ ਆਦਰਸ਼ ਉਨਕੇ ਸੰਸਕਾਰ ਔਰ ਮਹਾਰਾਜ ਗੁਰੀ ਵਾਲੋ ਕੀ ਉਨਕੇ ਉੱਪਰ ਰਹੀ ਕਿਰਪਾ ਜੋ ਆਜ ਪ੍ਰਤਿਸ਼ ਦਿਖਾਈ ਦੇ ਰਹੀ ਉਨਕੇ ਪਰਮ ਸ਼ਿਸ਼ ਔਰ ਇਸ ਪੀਠ ਕੇ ਪੂਰਵ ਸੰਚਾਲਕ ਪਰਮ ਪੂਜਨੀਯ ਸਵਾਮੀ ਚਰਨਦਾਸ ਬ੍ਰਹਮਚਾਰੀ ਜੀ ਨੇ ਆਪਣੇ ਸੰਸਮਰਨ ਮੇਂ ਇੱਕ ਵਾਰ ਮੁਝੇ ਬਤਾਇਆ ਥਾ ਕਿ ਪਰੰਪਰਾ ਅਨੁਸਾਰ ਸਭੀ
संतों को अपने गुरु महाराज जी से नाम की दीक्षा मिलती है, मेरे को भी मिली, ब्रह्मचारी जी ने बताया। लेकिन एक अनमोल चीज मेरे को मेरे गुरु महाराज जी ने दी है, उन्होंने गरीब दास साहिब की एक पुस्तक नित नियम मेरे को रुमाले में लपेट कर दिया और कहा कि बच्चू तेरे को मैंने ऐसा अनमोल खजाना दे दिया है, तीनों टाइम जोत जगाकर जब तू इसका नित नियम मर्यादा पूर्वक करेगा तो संसार का ऐसा कोई पदार्थ नहीं, ऐसा कोई सुख नहीं जो तुझे प्राप्त नहीं होगा। वो अनमोल खजाना स्वामी संत राम जी ने दे दिया। अपने समय में साधनों के अभाव में स्वामी संत राम महाराज जी हाथ से ग्रंथ लिखते रहे, पोथियां लिखते रहे, जो आज यहां पर स्वामी दर्शनदास महाराज जी ने प्रदर्शित कर रखी। और जो अनमोल खजाना वाणी के रूप में स्वामी चरणदास ब्रह्मचारी जी को दिया, अपने गुरु महाराज आज्ञा को श्रोधार्य करते हुए चरणदास महाराज जी ने बंदी छोड़ साहिब के ग्रंथों का संपादन करना, संकलन करना और फिर उनका मुद्रण करना, बहुत बड़ी देन उनके पंथ में है। और वर्तमान में स्वामी दर्शनदास महाराज जी भी अपनी उसी परंपरा का निर्वाह कर रहे, वाणी छपाते रहते हैं ताकि लोग मथा टेके वाणी को श्रोधार्य रखें और वाणी से सीख लें। आज महाराज जी की 47वीं बरसी के अवसर पर स्वामी दर्शनदास महाराज जी, मैं आपको बहुत बहुत शुभकामनाएं देता हूँ, सारी संगत को बहुत शुभकामनाएं देता हूँ, छुड़ानी धाम पीठ की ओर से संगतों को शुभ आशीर्वाद देता हूँ। और एक छोटी सी सूचना है, कार्य बहुत बड़ा है, कि छुड़ानी धाम में 24 तारीख से बंदी छोड़ गरीब दास साहेब की वाणी के 108 श्री अखंड पाठ प्रारंभ हो रहे हैं। आप सब महापुरुषों का निमंत्रण है, संगत का निमंत्रण है। और फिर 5-6-7 मार्च का फागुन का मेला बंदी छोड़ साहिब का कृपा पर्व है, आप सब लोग पूरे उत्साह और श्रद्धा के साथ आए। अभी अभी हमारे महापुरुष परम पूजनीय स्वामी विद्यानंद महाराज जी के परम शिष्य और श्री जरूर धाम पीठ की ओर से आए हुए परम पूजनीय स्वामी अमृतानंद महाराज जी ने बड़ा सुंदर सुझाव दिया, क्योंकि बहुत से लोग संबोधित करते हैं अपने इष्ट देव को, भाव तो सबका पूर्ण होता है, व्यक्त करने का तरीका और शैली अलग हो सकती है, तो उनका सुझाव बहुत ही उत्तम है। और जो लोग अभी गरीब दास साहिब के आगे बंदी छोड़ शब्द का प्रयोग लिखते समय, बोलते समय, उच्चारण करते समय नहीं लेते, उनको मान लेना चाहिए। लेकिन मेरी जो शुरू से परंपरा है, मैं तो यही लिखता हूँ, पूर्ण परमात्मा बंदी छोड़ गरीब दास साहिब, साहिब कबीर साहिब से लिया और बंदी छोड़ कहां से लिया, गरीब दास महाराज जी ने अपनी वाणी में लिखा है, बंदी छोड़ हमारा नामम अजर अमर है अष्टंठामम, अमर करू सतलोक पठाऊ ताते बंदी छोड़ का। अपना नामकरण तो वो स्वयं कर गए, और अगर हम उनका नामकरण पूर्ण रूप से नहीं लेते हैं, उसका उच्चारण, तो हमारे भाव में कमी नहीं, लेकिन हमारी सोच या समझ में हो सकता है कुछ भ्रम रहा हो, तो बंदी छोड़ गरीब दास साहिब तो कहना सर्वथा उचित रहेगा। और बहुत से लोग कहते हैं, क्योंकि वो है बंदी छोड़, महाराज धूरी वाले उनकी ही जोत के रूप में यहाँ प्रकट हुए और सबको आशीर्वाद दिया, उस वाणी को मानने का आशीर्वाद दिया। मैं बहुत ज्यादा विस्तार में ना जाते हुए बहुत ही आदरणीय संत ब्रजेंद्र सिंह जी का, उनकी समस्त मंडली का, हरिद्वार से पधारे हुए हमारे मंडलेश्वर स्वामी ज्ञानानंद शास्त्री जी का, जो कि मेरे बड़े परम मित्र हैं, बहुत बहुत यहाँ आने पर सत्कार करता हूँ। और जहां तक स्वामी दर्शनदास जी की बात है, ये कि मेरे बहुत ही सहयोगी प्रेमी और हर प्रकार से मित्रवत हमारा व्यवहार है, और बहुत सी बातें मैं इनको प्रार्थना करके जाता हूँ, मेरी बातों को हमेशा ये तवज्जो देते हैं, किसी बात के लिए कभी इनकार नहीं करते हैं, बड़ा विशाल हृदय है, और सबसे बड़ा गुण इनका है नम्रता, शील, जो संत का सबसे बड़ा गुण होता है। मैं इन्हीं शब्दों के साथ अपने वक्तव्य को
यहीं पर विराम देते हुए महापुरुषों को सत्साही बोलता हूँ। बोलिए बंदी छोड़ महाराज की जय। सत्साही बोलिए बंदी छोड़ महाराज की जय। मैं सर्वप्रथम पूजनीय मेहरबान साहब महाराज जी के चरणों में, उन्होंने सानू सब आशीर्वाद दिता है, चरणों के डंडौत प्रणाम करता हाँ। पूज्य आत्मा अमृतानंद महाराज जी को बहुत बहुत धन्यवाद करना हाँ, जो अपनी संगत को नाल लेके सतगुरों के दरबार में स्वामी विद्यानंद महाराज जी की मर्यादा को पूर्ण करने वास्ते इस दरबार में पहुंचे हैं। मेरे परम मित्र बहुत प्रेमी राम निकेतन आश्रम तो पूज्य स्वामी ज्ञानानंद महाराज जी, जिन्होंने बड़ी कृपा की थी, बहुत दूर तो चल के आए हैं हरिद्वार को, तो उन्होंने आके संगतान के दर्शन भी दिए, साढ़े इस दरबार में आके समागम में शामिल हुए। बहुत बहुत धन्यवाद। मेरे साढ़े इस इलाके में लूनी के इलाके और कंडी के इलाके एक बड़े महान पुरुष उदासीन संप्रदाय के स्वामी सतन दास महाराज जी जो सिद्ध पुरुष होए हैं, उन्होंने कृपा पात्र महाराज जी स्वामी दयाल दास महाराज जी, जिन्हों की बड़ी कृपा साढ़े ते अज हुई है, क्योंकि गुरुदेव महाराज जी ने स्वामी सरगुण दास महाराज जी कई बार इस दरबार में संगतान दर्शन कराए, अज वो भी आके दर्शन दे रहे हैं। बहुत बहुत धन्यवाद साढ़े इलाके के MLA साहब विधायक अमरजीत संधोआ जी, जिन्होंने बहुत बड़ी बहुमत के नाल लोगों ने एक इलाके की प्रधानगी दी है, वो साडे दरबार में बंदीश्वर महाराज दरबार में पहुंचे हैं। साड़ी संस्था वालों ब्रह्म सागर संचरण ट्रस्ट वालों समूह पंचायत वालों बहुत बहुत इन्हों का स्वागत है, और कंडी के अपने गढ़ शंकर एरिए तो MLA साहब गोल्डी जी आए हैं, होर साडे इलाके के दूर दूर के समाज सेवी पहुंचे हैं, उन्होंने सारिया का ही असी संस्था वालों धन्यवाद करते हैं। अगला प्रोग्राम साढ़े दर्शन लाल जी मालेवाल वाले अगला प्रोग्राम सानू दस रहे हैं। संगतान को बेनती है 10-15 मिनट के लिए और थोड़ी देर सतगुरां दे इस प्रोग्राम सरवण करो। बोल बंदी छोड़ महाराज की सतगुरों के ते पहुंचे हुए साढ़े हल्के MLA साहब सरदार अमरजीत सिंह जी संधोआ, हलका गढ़शंकर हलका इंचार्ज, बहुत ही सरदार जो मेरे बड़े वीर गोल्डी जी समाज सेवी लीडर साहबान आए हैं, सारे नाल ही सत्कार किया जाए।
महाराज जी का आशीर्वाद प्राप्त करो और माइक के साडे बहुत ही सत्कारयोग सबका मंत्री सरदार दलजीत सिंह जी चीमा नेक इंसान कि उन्होंने बेनती करते हैं कि वह भी माइक से आने एक मिनट लिए मूवी वाला भी साढ़े वाल भी ध्यान दे भरा अमृत नहीं गरीब दसी पानी की टापिया प्लाजमा साढ़े बहुत ही सम्मानयोग स्वामी दर्शनदास जी समागम की हाजरी भर रही सारिया धार्मिक राजनीतिक समाजिक शख्सियत गुरु प्यारी साध संगत वाहेगुरु जी का खालसा वाहेगुरु जी की फतह अज असी सारे बड़े बड़े भागा वाले हैं कि स्वामी संत राम जी के याद के जो धार्मिक समागम हो रहा है सानू सारिया उस समागम के हाजरी भरन का सुभाग प्राप्त हो और जिन्हें भी ये दिन मनाए जाते हैं भावें जन्म त्यौहार के संबंध में है भावें महापुरखों दरसियां होंगे ने असली मकसद जोड़ा दिन मनाने का जिंदा जिक्र सरदार इकबाल सिंह जी सबका IPS पढ़े थोड़े लफ्जों के करके गए हैं कि असली मकसद दिन मनाने का यही होंगे कि जेडे चंगे पुरख ने उन्होंने जिंदगी के पाए जी घटना उन्होंने जिंदगी के घाली उसके तो कुछ सीखने की कोशिश करिए और उसके चलन का प्रण करिए। मैं बहुत बारी जो संत महापुरखों के इस तरह के समागमों के जाना कई बार तुम जाके उन्होंने इतिहास पूछते हो तो ये भी पता चलता कि महापुरख कितने जन्मे से कितों आए लेकिन इन्ना जरूर होंगे कि इतने आए भगती की सिमरन किया संगत का मार्गदर्शन किया चले पर मैं देखता हूं कि उन्होंने महान शख्सियतों के जाने तो बाद भी संगत उन्होंने जन्म दिहाड़े भी मना संगत उन्होंने बरसियां भी मना सदियों तक मना लेकिन दूजे पास जेडे असं दुनियावी जीव हाँ जो कुछ सानू मिले साडे पुरखियां तों मिले जे साडी जमीन है जायदाद है जो कुछ साडे पुरखियां कोले सी वो इंतकाल अगे विरासती साडे चढ़ गया पर भावे किसे नूं सैकड़े एक जमीन अपने पुरखियां तों मिली होवे तुसीं तीजी चौथी पीढ़ी तों बाद उहनूं ना पुछ लो अपने बजुर्गां दा उन्होंने नाम उसकी अपनी पीढ़ी को पता नहीं होता हाले कि वो जमीन उन्होंने नाम लगे यही फर्क है पदार्थवाद के रस्ते का और परमार्थ के रस्ते क्योंकि जेडे परमार्थ के रस्ते पर चले है दुनिया उन्होंने सदियों तक याद करती है और जेडे असी पदार्थवाद के युग के चले हुए हैं थोड़े समय बाद ये नाम जोड़े हैं ये रुतबे जोड़े हैं ये खत्म हो गए इस करके गुरबाणी के भी जिक्र आता भगता की चाल निराली चाल निराली भगता की फिक्र बार चलना रब रोग अहंकार तिसना बहुत ना ही बोलना खंडो तिखी बालो निखी ये मार्ग है ये मार्ग बड़ा कठिन मार्ग है बहुत जिंदगी के साधना की लोड़ पड़ती है सो मैं समझता आप किस्मत वाले हैं कि स्वामी दर्शनदास जी की प्रेरणा के सदका जिहड़े
ਇਸ ਸਥਾਨ ਦੇ ਉੱਤੇ ਇਹ ਨਗਰ ਸਵਾਮੀ ਬ੍ਰਹਮ ਸਾਗਰ ਜੀ ਦਾ ਔਰ ਇਸ ਧਾਮ ਦੇ ਵਿੱਚ ਜਿੱਥੇ ਉਹ ਸਾਡਾ ਧਾਰਮਿਕ ਤੌਰ ਤੇ ਮਾਰਗ ਦਰਸ਼ਨ ਕਰਦੇ ਹਨ ਉੱਥੇ ਹਰ ਸਮਾਜਿਕ ਮੌਕੇ ਦੇ ਉੱਤੇ ਧਾਰਮਿਕ ਮੌਕੇ ਦੇ ਉੱਤੇ ਹਮੇਸ਼ਾ ਹੀ ਸਾਰੇ ਇਲਾਕੇ ਦੀ ਸੰਗਤ ਨੂੰ ਜੋੜਨ ਦੇ ਵੀ ਬਹੁਤ ਵੱਡੇ ਯਤਨ ਕਰਦੇ ਹਨ ਸੋ ਮੈਂ ਸਵਾਮੀ ਜੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਸਾਰੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸਾਰਿਆਂ ਨੂੰ ਇਹਨੇ ਗਲਤ ਕਹਿੰਦਾ ਹੋਇਆ ਮੈਂ ਕਿਹਾ ਦਾ ਜੱਜ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਬਕਾ ਮੰਤਰੀ ਸਰਦਾਰ ਡਾਕਟਰ ਰਣਜੀਤ ਸਿੰਘ ਜੀ ਚੀਮਾ ਅਤੇ ਜਿਨ੍ਹਾਂ ਨੇ ਉੱਚ ਵਿਚਾਰ ਔਰ ਅੱਜ ਮਹਾਰਾਜਿਆਂ ਦੇ ਚਰਨਾਂ 'ਚ ਆ ਕੇ ਹਾਜ਼ਰੀ ਦਿਵਾਈ ਹੈ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਹਲਕੇ ਦੇ MLA ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਸੰਦੋਆ ਔਰ ਮੈਂ ਬੇਨਤੀ ਕਰਦਾ ਕਿ ਸਤਿਗੁਰਾਂ ਦੀ ਇਸ ਪਵਿੱਤਰ ਧਰਤੀ ਨੂੰ ਅਗਰ ਨਮਨ ਕਰਨ ਆਏ ਹੋ ਅਤੇ ਦਿਲ 'ਤੇ ਨਮਨ ਕਰਿਓ ਦਿਲ ਖੋਲ੍ਹ ਕੇ ਕਰਿਓ ਕਿਉਂਕਿ ਇਹ ਨਗਰੀ ਜਿਹੜੀ ਹੈ ਇਹ ਪੂਰੇ ਵਿਸ਼ਵ ਦੀ ਪਵਿੱਤਰ ਔਰ ਪੂਜਣਯੋਗ ਨਗਰੀ ਹੈ ਤੁਹਾਡੀ ਕੀਤੀ ਹੋਈ ਸੇਵਾ ਕਦੇ ਵਿਅਰਥੀ ਨਹੀਂ ਜਾਂਦੀ ਸਤਿਗੁਰਾਂ ਦੇ ਅਵਤਾਰ ਸਥਾਨ ਨੂੰ ਇਸ ਧਾਮ ਨੂੰ ਸਰਕਾਰੀ ਪੈਸੇ ਦੀ ਕਦੇ ਜ਼ਰੂਰਤ ਨਹੀਂ ਪਈ ਨਾ ਹੀ ਮਹਾਰਾਜ ਨੇ ਕਦੇ ਸਾਨੂੰ ਇਸ ਚੀਜ਼ ਦੀ ਲੋੜ ਸਮਝੀ ਹੈ ਨਾ ਹੀ ਪਰੰਪਰਾ ਹੈ ਇਸ ਨਗਰ ਦੇ ਲਈ ਜੋ ਤੁਹਾਡੀ ਸ਼ਰਧਾ ਹੈ ਦਿਲ ਖੋਲ੍ਹ ਕੇ ਸੇਵਾ ਕਰ ਦਿਓ ਬੋਲੋ ਸਤਿਗੁਰਦੇਵ ਕੀ ਸਵਾਮੀ ਰਾਸ਼ਨਦਾਸ ਜੀ ਦੀ ਅਗਵਾਈ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਲੋਕਾਂ ਨੂੰ ਇਕੱਠੇ ਕਰਨਾ ਸਮਾਜ ਨੂੰ ਇਕੱਠਾ ਕਰਨਾ ਬਹੁਤ ਵੱਡੀ ਏਕਤਾ ਨਾਲ ਜੋੜਨਾ ਬਹੁਤ ਵੱਡੀ ਗੱਲ ਹੈ ਨਹੀਂ ਮੈਂ ਵੈਸੇ ਹਮੇਸ਼ਾ ਮੈਂ ਸੱਚਾਈ ਤੋਂ ਕੋਈ ਦੂਰ ਨਹੀਂ ਹੈਗਾ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਮੈਂ ਮਹਾਰਾਜ ਪੂਰੀਆਂ ਲੈਂਦੀਆਂ ਇਹ ਇੱਕ ਸੰਸਥਾਵਾਂ ਹੈ ਜਿਹੜੀਆਂ ਇਕੱਠੀਆਂ ਕਰਕੇ ਰੱਖਦੀਆਂ ਹੈ ਨਹੀਂ ਜਿਹੜੀਆਂ ਹੋਰ ਸਿੱਖ ਧਾਰਮਿਕ ਸੰਸਥਾਵਾਂ ਤੋਂ ਲੜਾਈ ਕੁਰਸੀ ਦੀ ਹੋਈ ਜਾਂ ਜਥੇਦਾਰੀ ਦੀ ਵੀ ਰਹਿੰਦੀ ਹੈ ਇਹ ਸੰਸਥਾ ਹੀ ਹੈ ਜਿਹੜੀ ਸਾਰੇ ਸਮਾਜ ਨੂੰ ਇਕੱਠੇ ਕਰਕੇ ਰੱਖਦੀ ਹੈ ਬਹੁਤ ਮਹਾਰਾਜ ਜੀ ਦੀ ਮਨੁੱਖਤਾ ਨੂੰ ਦੇਣ ਹੈ ਇੱਕ ਸਮਾਜ ਨੂੰ ਸਾਡੇ ਨੂੰ ਇਕੱਠਾ ਕਰਨੀ ਬਹੁਤ ਵੱਡੀ ਦੇਣ ਹੈ ਮੇਰਾ ਕਿ ਜੋ ਵੀ ਮਹਾਰਾਜ ਜੀ ਇਸ ਪਿੰਡ ਦੀ ਵਿਕਾਸ ਵਾਸਤਾ ਕਹਿਣਗੇ ਸਾਡੇ ਮੌਜੂਦਾ ਸਰਪੰਚ ਦਾ ਚਰਨਦਾਸ ਜੀ ਸਾਬਕਾ ਸਰਪੰਚ ਜਿਹੜੇ ਸਾਡੇ ਇੱਥੇ ਦੇ ਮੇਰੇ ਭਰਾ ਹੈ ਸੋਹਣ ਲਾਲ ਜੀ ਜੋ ਵੀ ਉਹ ਕਹਿਣਗੇ ਨਾਲ ਹੀ ਪਿੰਡ ਤੋਂ ਚੌਧਰੀ ਜੇਵਰ ਕ੍ਰਿਸ਼ਨ ਜੀ ਅਤੇ ਸਾਡੇ ਘੱਟ ਤੇ ਗਿਣਤੀ ਦੀ ਕਮਿਸ਼ਨ ਦੇ ਮੈਂਬਰ ਸ਼ਵਾਸ ਦਾਸ ਜੀ ਜੋ ਵੀ ਕਹਿਣਗੇ ਵੱਧ ਤੋਂ ਵੱਧ ਇਹਨਾਂ ਦੋਹਾਂ ਪਿੰਡਾਂ ਦਾ ਵਿਕਾਸ ਕੀਤਾ ਜਾਊਗਾ ਹੋਰ ਵੀ ਮੈਂ ਤਾਂ ਸੋਹਣ ਆਪਣਾ ਸੋਹਣ ਲਾਲ ਜੀ ਸੁਹਾਸ ਜੀ ਜੋ ਵੀ ਕਹਿਣਗੇ ਸਾਡੇ ਇਸ ਇਲਾਕੇ ਦਾ ਵੀ ਜਿਹੜੇ ਪੰਜ ਦਸ ਪਿੰਡ ਦੇ ਅੰਦਰ ਵੀ ਆ ਰਹੇ ਹੈ ਜੋ ਵੀ ਕਿਹਾ ਇਹਨਾਂ ਨੇ ਪੁੱਛ ਕੇ ਸਾਰੀਆਂ ਸਰਕਾਰ ਨੂੰ ਜੋ ਜੋ ਇਹਨਾਂ ਪਿੰਡਾਂ ਦੀਆਂ ਮੰਗਾਂ ਸੀ ਸਾਰੀਆਂ ਭੇਜ ਦਿੱਤੀਆਂ 10 ਲੱਖ ਰੁਪਏ ਅਸੀਂ ਹੁਣੇ ਇਸ ਪਿੰਡ ਨੂੰ ਦੇਵਾਂਗੇ ਬਾਕੀ ਵੀ ਅਸੀਂ ਹੋਰ ਵੀ ਕਈ ਪਿੰਡ ਦੇ ਜਿੰਨੇ ਵੀ ਕੰਮ ਹੈਗੇ ਹੈ ਮਹਾਰਾਜ ਜੀ ਜੋ ਹੋਰ ਵੀ ਕਹਿਣਗੇ ਸਾਰੇ ਪਿੰਡ ਵਾਸਤੇ ਵੱਧ ਤੋਂ ਵੱਧ ਪੈਸਾ ਦਿੱਤਾ ਜਾਊਗਾ ਮੈਂ ਗੁੱਡੀ ਲਾਈ ਹੋਈ ਆ ਆਪਣੇ ਬੰਦਿਆਂ ਦੀ ਕਿ ਭਾਈ ਜਿੱਥੇ ਜਿੱਥੇ ਕੋਈ ਪਿੰਡ ਦਾ ਕਿਸੇ ਦਾ ਕੰਮ ਹੋਊਗਾ ਹੋਣ ਵਾਲੇ ਕੰਮ ਵਾਸਤੇ ਪੈਸੇ ਦਿੱਤੇ ਜਾਣੇ ਹੈ ਨਾ ਕਿ ਜਿਸ ਤਰ੍ਹਾਂ ਪਹਿਲਾਂ ਗ੍ਰਾਂਟਾਂ ਬਣੀ ਜਾਂਦੀ ਕਿ ਸਰਪੰਚ ਨੂੰ 20 ਲੱਖ ਦੇ ਗਏ ਕਿਸਾਨਾਂ ਵੀ ਲਾ ਗਏ ਪਿੰਡਾਂ ਦੇ ਮਤੇ ਪਵਾ ਲਏ ਅਸੀਂ ਹਰ ਪਿੰਡ ਦੇ ਜਿੱਥੇ ਜਿੱਥੇ ਵੀ ਕੋਈ ਕੰਮ ਦੀ ਜ਼ਰੂਰਤ ਹੈਗੀ ਕਿਸੇ ਪਿੰਡ 50 ਲੱਖ ਦੀ ਜ਼ਰੂਰਤ ਹੋਊਗੀ ਉੱਥੇ 50 ਲੱਖ ਹੀ ਮਿਲੂਗਾ ਕਿਸੇ ਪਿੰਡ 15 ਲੱਖ ਦੀ ਜ਼ਰੂਰਤ ਉੱਥੇ 15 ਲੱਖ ਹੀ ਮਿਲੂਗਾ ਜੋ ਵੀ ਮਹਾਰਾਜ ਜੀ ਕਹਿਣਗੇ ਇਸ ਪਿੰਡ ਵਾਸਤੇ ਮਹਾਰਾਜ ਜੀ ਤੁਸੀਂ ਮੈਨੂੰ ਦੱਸ ਦੇਣਾ ਜੋ ਜੋ ਪਿੰਡ ਦੇ ਕੰਮ ਹੋਣੇ ਵਾਲੇ ਹੈਗੇ ਹੈ ਉਹ ਸਾਰੇ ਵੱਧ ਤੇ ਜ਼ੋਰ ਲਾ ਕੇ 2 ਸਾਲ ਦੇ ਵਿੱਚ ਇਸ ਪਿੰਡ ਦੇ ਕੰਮ ਸਾਰੇ ਕੀਤੇ ਜਾਣਗੇ ਹਾਂਜੀ 2 ਸਾਲ ਵਿੱਚ 21 ਦੇ ਮਹਾਰਾਜ ਜੀ 25-30 ਲੱਖ ਰੁਪਏ ਦੇਵਾਂਗੇ ਸੋ 21 ਦੀ ਗੱਲ ਨਹੀਂ ਹੈਗੀ ਮਹਾਰਾਜ 30 ਲੱਖ ਰੁਪਏ ਦੇਵਾਂਗੇ 2 ਸਾਲ ਵਿੱਚ ਤੁਹਾਨੂੰ ਤੁਹਾਡੇ ਨਾਲ ਮੇਰਾ ਵਹਿਦਾ ਹੈਗਾ ਮੈਂ ਸੱਚੀ ਗੱਲ ਕਹਿੰਦਾ ਕਿ 2 ਸਾਲ ਵਿੱਚ ਤੁਹਾਨੂੰ 30 ਲੱਖ ਰੁਪਏ 10 ਲੱਖ ਦੀ ਗ੍ਰਾਂਟ ਅਸੀਂ ਤੁਹਾਨੂੰ ਜਲਦ ਹੀ 1 ਮਹੀਨੇ ਦੇ ਵਿੱਚ 1.5 ਮਹੀਨੇ ਦੇ ਵਿੱਚ ਭੇਜ ਦੇਣੀ ਹੈ ਜਿੱਥੇ ਤੁਸੀਂ ਕਹੋ ਉੱਥੇ ਲਾ ਲਿਓ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਮਹਾਰਾਜ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਾ ਬੱਚਾ ਵਿਛੜ ਗਿਆ ਹੈ, ਜਿਹਦਾ ਵੀ ਹੋਵੇ ਉਹ ਦਰਬਾਰ ਸਾਹਿਬ ਚ ਆ ਕੇ ਲੈ ਜਾਵੇ। ਬੇਟਾ ਹੈ ਕਿਸੇ ਦਾ ਛੋਟਾ ਜਿਹਾ। ਸੋ ਮੈਂ ਆਈ ਹੋਈ ਸਾਰੀ ਸੰਗਤ ਦਾ, ਖਾਸ ਕਰਕੇ ਇਸ ਨਗਰ ਦੇ ਸਰਪੰਚ ਚਰਨਦਾਸ ਜੀ, ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਕਿਉਂਕਿ ਜਿਤਨੇ ਵਧੀਆ ਕੰਮ ਉਹਨਾਂ ਨੇ ਕੀਤੇ ਹਨ ਉਹਨਾਂ ਦਾ ਵੀ ਸਨਮਾਨ ਹੋਣਾ ਬਹੁਤ ਜ਼ਰੂਰੀ ਹੈ। ਮੈਂ ਟਰੱਸਟ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਪੰਚਾਇਤ ਦਾ ਵੀ ਸਨਮਾਨ ਜੋ ਹੈ ਕੀਤਾ ਜਾਵੇ। ਹਰੀ ਕ੍ਰਿਸ਼ਨ ਜੀ। ਔਰ ਇਸ ਦੇ ਨਾਲ ਹੀ ਸਮਾਗਮ ਦੀ ਸਮਾਪਤੀ ਹੈ। ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਭੋਜਨ ਕਰਕੇ ਜਾਣਾ। ਸਤਿਗੁਰਾਂ ਦਾ ਅੰਮ੍ਰਿਤ ਪ੍ਰਸ਼ਾਦ ਹੈ, ਕਿਸੇ ਨੇ ਵੀ ਜਾਤੀ ਚ ਨਹੀਂ ਜਾਣਾ, ਸਾਰੇ ਹੀ ਭੋਜਨ ਕਰਕੇ ਜਾਇਓ। ਬੋਲੋ ਸਤਿਗੁਰ ਦੇਵ ਕੀ ਜੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ 2 ਮਿੰਟ ਪ੍ਰਸ਼ਾਦ ਲੈ ਕੇ ਜਾਇਓ। ਸੇਵਾਦਾਰਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਚ ਸਾਰੇ ਹੋ ਕੇ ਪ੍ਰਸ਼ਾਦ ਜਲਦੀ ਵੰਡ ਦਿਓ। ਸਾਡੇ ਪਾਣੀ